जी का खालसा, भाई वाहिगुरु जी की फतेह। फतेह गुरु नानक जी फुलवाड़ी दे विच सारिआं नूं जी आइआं नूं वेलकम। आओ रल मिल के उस अद्भुत खजाने विचों कुछ को लै पाइए और समझ पाइए और अपने जीवन नूं सफला कर पाइए। अज साडे नाल सांझ करनगे साडे हरमन प्यारे भाई साहब भाई गुरविंदर जी, गुरविंदर सिंह जी हैड ग्रंथी प्रिंसीपल साढ़े गुरु श्री गुरु सिंह सभा गुरुद्वारे दे और प्रिंसीपल साढ़े ये है। हुण असी एक इंस्टीट्यूट ऑफ गुरमत स्टडीज बनाई है साकेत दे विच, जिहड़ी कि विल ट्रैवल थ्रू दी 1430 अंक्स ऑफ गुरु ग्रंथ साहिब अलोंग विद दी गुरु साहिब जर्नी ऑफ 1469 टू 1708 और उहदे विचों हिस्टोरिकली समझ के शब्द गुरु साहब ने कित्थे उचारे, किस कंटेक्स्ट च उतारे और किस तरह पीपल प्लेस दे नाल और पर्पस उन्नू करके उस शब्दां नू एक संग्रह किया जाए, उहदे विच असीं यतनशील होके इस इंस्टीट्यूट नू अगे लैके जाना हैगा। ते सारी संगत नू मैं बेनती करांगा कि सारे ਇਹ ਸੰਗਤ ਦੇ ਜਿਹੜੇ ਸਾਡੇ ਗੁਰਬਾਣੀ ਸ਼ੇਅਰਿੰਗ ਦੇ ਗਰੁੱਪ ਦੇ ਸੰਗਤ ਹੈਗੀ ਹੈ, ਸਾਡੇ ਸਾਰੇ ਐਡਵਾਈਜ਼ਰ ਹਨ ਅਤੇ ਹੋਪਫੁਲੀ ਸੈਟਰਡੇ ਨੂੰ ਅਸੀਂ ਪਹਿਲਾਂ ਐਡਵਾਈਜ਼ਰ ਗਰੁੱਪ ਦੀ ਇੱਕ ਮੀਟਿੰਗ ਗੁਰਦੁਆਰੇ ਰੱਖਾਂਗੇ 11 ਵਜੇ ਤੋਂ 1 ਵਜੇ ਤੱਕ, ਅਤੇ ਉਹ ਤੁਹਾਨੂੰ ਇੰਟੀਮੇਟ ਕਰਾਂਗੇ, ਉਹਦੇ ਮੁਤਾਬਿਕ ਅਸੀਂ ਇਸ ਨੂੰ ਅੱਗੇ ਲੈ ਜਾਣਾ ਚਾਹੁੰਦੇ ਹਾਂ। ਸਾਰਿਆਂ ਦਾ ਸਹਿਯੋਗ ਚਾਹੀਦਾ ਹੈ ਔਰ ਬਾਕੀ ਭਾਈ ਸਾਹਿਬ ਅੱਜ ਦੇ ਸ਼ਬਦ ਦੇ ਉੱਪਰ ਇਹ ਸਰੀਰ ਸਭ ਧਰਮ ਹੈ ਇਹਦੇ ਉੱਪਰ ਇਹ ਮੈਂ ਕਹਾਂਗਾ ਕਿ ਧਰਮ ਔਰ ਪਰਮ ਦੀ ਜਿਹੜੀ ਇੱਕ ਵਿਸ਼ੇਸ਼ਤਾ ਹੈ ਜਿਹੜੀ ਕਿ ਬੀਬੀ ਮਨਦੀਪ ਕੌਰ ਜੀ ਨੇ ਸਾਨੂੰ ਉਸ ਕਲਾਸ ਤੋਂ ਇੱਕ ਸਾਨੂੰ ਚਿੰਤਨ ਹੋ ਕੇ ਸਮਝਣ ਦੀ ਕੋਸ਼ਿਸ਼ ਹੈ ਉਹਦੇ ਵਿੱਚ ਗਹਿਰਾਈ ਮਾਰਾਂਗੇ। ਓਵਰ ਟੂ ਯੂ ਸਾਡੇ ਭਾਈ ਸਾਹਿਬ ਗੁਰਵਿੰਦਰ ਵੀਰ ਜੀ ਔਰ ਪਲੀਜ਼ ਆਪਣੀ ਕਲਾਸ ਦੇ ਨਾਲ ਸਾਨੂੰ ਸ਼ੇਅਰ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਸ ਗੁਰਮਤਿ ਦੀ ਕਲਾਸ ਦੇ ਵਿੱਚ ਜੁੜ ਮਿੜ ਬੈਠ ਕੇ ਆਨਲਾਈਨ ਆਪਣੇ ਆਪਣੇ ਘਰਾਂ ਵਿੱਚ ਕੁਛ ਸਮਾਂ ਵਾਸਤੇ ਗੁਰਮਤਿ ਦੇ ਨਾਲ ਗੁਰੂ ਨਾਨਕ ਦੇ ਸਿਧਾਂਤ ਨਾਲ ਵਿਚਾਰਾਂ ਦੇ ਰਾਹੀਂ ਗੱਲ ਵਕੜੀ ਪਾਉਣ ਦਾ ਯਤਨ ਕਰਦੇ ਹਾਂ। ਜਬ ਲਗ ਦੁਨੀਆਂ ਰਹੀ ਹੈ ਨਾਨਕ ਕਿਛ ਸੁਣੀਏ ਕਿਛ ਕਹੀਏ, ਇਹ ਸੁਨੇਹਾ ਸਾਡੇ ਸਾਰਿਆਂ ਲਈ ਸਾਂਝਾ ਹੈ। ਸ਼ੁਕਰਾਨਾ ਕਰਦੇ ਹਾਂ ਸਤਿਗੁਰੂ ਜੀ ਦਾ, ਜਿਨ੍ਹਾਂ ਦੀ ਕਿਰਪਾ ਦੇ ਨਾਲ ਅਸੀਂ ਕੁਝ ਕਹਿ ਸਕਦੇ ਹਾਂ, ਕੁਝ ਸੁਣ ਸਕਦੇ ਹਾਂ, ਗੁਰੂ ਦੀ ਗੱਲ, ਗੁਰਮਤਿ ਦੀ ਗੱਲ, ਗੁਰੂ ਸਿਧਾਂਤਾਂ ਦੀ ਗੱਲ। ਅੱਜ ਦਾ ਜਿਹੜਾ ਟੋਪਿਕ ਹੈ ਇਹ ਸਰੀਰ ਸਭ ਧਰਮ ਹੈ। ਗੁਰੂ ਰਾਮਦਾਸ ਸਾਹਿਬ ਜੀ ਦਾ ਇਹ ਪਾਵਨ ਸ਼ਬਦ ਹੈ, ਕੌੜੀ ਕੀ ਵਾਰ ਔਰ ਉਸਦੀ ਇਹ ਪੌੜੀ ਹੈ। ਇਹ ਸਰੀਰ ਸਭ ਧਰਮ ਹੈ ਜਿਸ ਅੰਦਰ ਸੱਚੇ ਕੀ ਵਿੱਚ ਜੋਤ, ਗੋਹਜ ਰਤਨ ਵਿੱਚ ਲੁਕ ਰਹੇ ਕੋਈ ਗੁਰਮੁਖ ਸੇਵਕ ਕੱਢੇ ਖੋਜ। ਭਾਵਾਂ ਅੱਜ ਦਾ ਖਿਆਲ ਇਹ ਵੀ ਸੀਗਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਖਾਲਸੇ ਦਾ ਸਿਰਜਣਾ ਦਿਵਸ ਹੈ, ਤੇ ਬੈਠੇ ਬੈਠੇ ਖਿਆਲ ਆ ਰਿਹਾ ਸੀਗਾ ਵੀ ਖਾਲਸਾ ਅਕਾਲ ਪੁਰਖ ਕੀ ਫੌਜ, ਉਹਦੀ ਵੀ ਆਪਾਂ ਗੱਲ ਕਰੀਏ ਵੀ ਭਲਾ ਫੌਜ, ਖਾਲਸੇ ਨੂੰ ਅਕਾਲ ਪੁਰਖ ਦੀ ਫੌਜ ਕਿਹਾ ਜਾਂਦਾ, ਇਹਦੇ ਕੁਛ ਸੀਗੇ। ਪਰ ਚਲੋ ਸਾਡਾ ਸ਼ੁਰੂਆਤ ਔਰ ਇੱਥੋਂ ਹੋਈ ਵੀ ਇਹ ਸਰੀਰ ਸਭ ਧਰਮ ਹੈ, ਆਪਾਂ ਅੱਜ ਇਸ ਨੂੰ ਹੀ ਵਿਚਾਰਦੇ ਹਾਂ। ਸਭ ਤੋਂ ਪਹਿਲਾਂ ਇਹ ਗੱਲ ਵੇਖੀਏ ਵੀ ਗੁਰੂ ਰਾਮਦਾਸ ਸਾਹਿਬ ਜੀ ਨੇ ਰਹਿਮਤ ਕੀਤੀ ਹੈ ਵੀ ਇਹ ਸਰੀਰ ਸਭ ਧਰਮ ਹੈ, ਗੁਰੂ ਰਾਮਦਾਸ ਸਾਹਿਬ ਦੇ ਬਚਨ ਨੇ। ਹੁਣ ਜਦੋਂ ਗੁਰਬਾਣੀ ਨੂੰ ਪੜ੍ਹੀਏ ਨਾ, ਤੇ ਗੁਰਬਾਣੀ ਦੇ ਅੰਦਰ ਐਸੀਆਂ ਗੱਲਾਂ ਨੇ ਜਿਨ੍ਹਾਂ ਤੋਂ ਹਰ ਪੱਖ ਤੋਂ ਸਾਨੂੰ ਖਲੋ ਕੇ ਵੇਖਣਾ ਪਏਗਾ। ਅਗਰ ਇੱਕ ਪੱਖ ਕੇਵਲ ਲੈ ਕੇ ਚੱਲਾਂਗੇ ਨਾ ਤੇ ਗੱਲ ਅਧੂਰੀ ਜੀ ਲੱਗੇਗੀ, ਕਿਉਂਕਿ ਜਿੱਥੇ ਗੁਰੂ ਰਾਮਦਾਸ ਸਾਹਿਬ ਜੀ ਨੇ ਇਸ ਸਰੀਰ ਲਈ ਕਹਿ ਦਿੱਤਾ ਵੀ ਇਹ ਸਰੀਰ ਸਭ ਧਰਮ ਹੈ, ਉੱਥੇ ਅਸੀਂ ਹੋਰ ਵੀ ਬਚਨ ਪੜ੍ਹਦੇ ਹਾਂ ਗੁਰਬਾਣੀ ਵਿੱਚ। ਗੁਰਬਾਣੀ ਉੱਥੇ ਸਰੀਰ ਨੂੰ ਕਹਿ ਰਹੀ ਹੈ ਸਾਧੋ ਇਹ ਤਨ ਮਿਥਿਆ ਜਾਣੋ, ਸਰੀਰ ਤੇ ਝੂਠ ਹੈ। ਤੇ ਜੇ ਸਰੀਰ ਝੂਠ ਹੈ ਤੇ ਗੁਰੂ ਸਾਹਿਬ ਨੇ ਧਰਮ ਕਿਉਂ ਕਿਹਾ? ਧਰਮ ਤੇ ਸੱਚ ਹੁੰਦਾ, ਜਿਹੜਾ ਝੂਠ ਹੈ ਉਹ ਧਰਮ ਹੋ ਹੀ ਨਹੀਂ ਸਕਦਾ।
हालांकि गुरबाणी ने ते इथों तक कहता भी जिहड़ी शरीर की बर्तन बरी है जिहड़ा शरीर बनिया है जल की भीत पवन का थंबा रक्त बूंद का गारा हार्ड मास नाड़ी को पिंजर पंखी बस है बेचारा। गुरबाणी ते कहता गुरबाणी की कबीरा धूर सकेल के पुरिया बांधी दे चार दिवस को वेखना अंत खे की खे। इना इस नू एक मिथ्या झूठ कह दिता। इवन गुरबाणी भी तुसीं पढ़दे आ भी जो तन उपजा संघ ही सो भी संघ ना होया पांच तत् को तन रचियो जानो चतुर सुजान जे ते उपजो नानका लीन ताही पैमान। और तुसीं कदी वेखो गुरु रामदास साहिब दे बचन ने यह शरीर सब धर्म है जिस अंदर सच्चे की विच जोत गोह ज रतन विच लुक रहे भी नाल कमाल की गल कह दिती। और पता है शरीर लई की है कहां बिसासा इस भांडे का इतनक लागे ठनका। कमाल की गल कोई कच्चे भांडे च अज तक रतन रखते वेखे किसी ने रखे ने कच्चे भांडे विच रतन हीरे जवाहर माणक मोती कदी किसी ने कच्चे भांडिया च एक कीमती पदार्थ नहीं रखे बल्कि जे किसी ने रतन रखने ने लाल रखने ने कीमती समान रखना उहदे लई बंदा लोकर विच रखदा है उहदे लई तिजोरियां भालदा है उहनूं लोक करके रखदा है। पर एक बने क्या गया कि कहां बिसासा इस भांडे का इतनक लागे ठनक नाल कहता गोह जे रतन विच लुक रहे कोई गुरमुख सेवक अड्डा खोज। हुण आ दो आपस एक दूजे दे सामने खलोतियां दो गल्लां ने एक बने शरीर नूं कहा जा रहा यह शरीर सब धर्म है दूजे बने कहा जा रहा भई ये शरीर नाशवंत है भांडा कच का भांडा है। सोचना पएगा सानू भी गुरु साहब ने किस पक्ष तो इस शरीर नूं वेख्या है गुरमत दे चानण विच कि केड़ी दात है आखिर है ते रब दी बख्शिश कीती हुई दात ना। ते जे रब दी दात नूं समझ के इस नूं संभालांगे बल्कि करते दी किरत दा हिस्सा है साडा ये शरीर ते जदों करते दी किरत समझ के अपना शरीर दूजिया दा शरीर समझांगे भी करते दी इक किरत है ते मजाल है कोई इस शरीर दे नाल खिलवाड़ करेगा इहदी संभाल कीती जाएगी। पर हुण दो गल्लां नूं हर एक पक्ष तो गुरमत ने सानू चानण बख्शिया भई जे ये क्या गुरु साहब ने भी जे शरीर कच दा भांडा वा ते शरीर धर्म किवें हो गया। तां सतगुरु ने गुरबाणी च कहा सी भई जिन्नियां भी साडे को भावें उत्तम तो उत्तम चीजां हो जाण पर जदों किते विचार सिखणी होवे ना ते विचार गुरु कोल बैठ के सिखी असी भाओ कलम कर चित लिखारी। तेरे को इन्नी अगर ताकत होवे ना भी तेरे को प्यार कलम बन जाए ते तेरा टिकिया होया चित लिखारी बन जाए तां वी अपनी मर्जी ते लेख ना लिखी गुर पुछ लिख विचार गुरु नूं पुछ लई उस वेले भी इन्नियां उत्तम पदार्थ होण दे बाद भी गुरु नूं पुछ के लेख लिखी क्योंकि जे अपने मर्जी नाल लेख लिख ले ते भुलेखा तां वी खड़ा हो सकदा है। समझना पएगा कि क्यों इस नूं धर्म नूं शरीर नूं धर्म कहता बल्कि गुरबाणी ने ते इन्ना कुछ सानू होके दिते भल्यो घर बंदो सच धर्म का गड थम अहलै एक धर्म का टिकाणा बनाओ। ते जे रब ने आ शरीर बनाया ते कोई मामूली चीज ते बनाई नहीं इहदे विच कोई ना कोई ते खासियत होवेगी जिसनों गुरु साहिब जी ने इहनूं धर्म कह दिता कोई ना कोई ते खासियत है। ते वाकई जिन्नियां कीमती चीजां इस शरीर च ने काश किसे गुरबाणी ने गुरमत ने मान बख्शिया जिन्हां ने अखां संभाल लईआं गुरु ने उहनां नूं मान बख्शिया जिन्हां ने अपनी जेबां संभाल ली कि करते दी किरत नूं संभाल लईए उहनां नूं गुरमत विच माण मिलिआ जिन्हां ने कन्न संभाल ले अपने उहनां नूं माण मिलिआ जिन्हां ने हाथ संभाल ले जिन्हां ने अपने पैर संभाल ले उहनां नूं माण मिलिआ क्योंकि उहनां ने समझ लिया बई भलिओ ए पे दात तेरी दातार मालक जी गावे को दात जाने निशान उन्होंने इदियां दातां नूं निशानी समझ लिया। वाकई रब दा ओ घर जिथे धर्म होवे धर्म तो बिना रब दा घर नहीं जे बन सकदा। इवन इत्थों तक जदों असीं किते रब दा घर बनाउने आ ना
ਨਾਲ ਕਿਹਾ ਜਾਂਦਾ ਵੀ ਇਹ ਧਾਰਮਿਕ ਸਥਾਨ ਹੈ। ਧਾਰਮਿਕ ਸਥਾਨ ਕਿਉਂ? ਵੀ ਇੱਥੇ ਰੱਬ ਦਾ ਘਰ ਬਣਦਾ ਪਿਆ, ਰੱਬ ਨੂੰ ਘਰ ਦੀ ਲੋੜ ਨਹੀਂ ਹੈ। ਉਹਦਾ ਇਹ ਜਗ ਸੱਚੇ ਕੀ ਹੈ? ਕੋਠੜੀ, ਉਹਨੇ ਆਪੇ ਆਪਣਾ ਘਰ ਬਣਾ ਕੇ ਟਿਕਾਣਾ ਕੀਤਾ ਹੋਇਆ। ਦੇਖਣਾ ਪਏਗਾ ਸਾਨੂੰ ਵੀ ਰੱਬ ਦਾ ਘਰ ਕਿਹੜਾ, ਕਿੱਥੇ ਟਿਕਦਾ। ਇੱਕ ਬੰਨੇ ਸੀ ਕਹਿੰਦੇ ਆ ਵੀ ਮਾਲਕ ਜੀ ਸਭ ਮੈਂ ਜੋਤ, ਜੋਤ ਹੈ ਸੋਏ, ਸਾਰੇ ਸਰੀਰ ਤੇਰੀਆਂ ਜੋਤਾਂ ਦੇ ਘਰ ਬਣੇ ਹੋਏ ਨੇ, ਤੇਰੇ ਟਿਕਾਣਾ ਬਣਿਆ ਹੋਇਆ। ਹਰ ਥਾਂ ਤੇ ਤੇਰਾ ਆਪਣਾ ਘਰ ਟਿਕਾਣਾ ਤੂੰ ਬਣਾ ਕੇ ਬੈਠਾ ਹੋਇਆ। ਸਤਿਗੁਰੂ ਜੀ ਨੇ ਆਹ ਜਿਹੜਾ ਗੱਲ ਕਹਿ ਦਿੱਤੀ ਨਾ ਵੀ ਇਹ ਸਰੀਰ ਸਭ ਧਰਮ ਹੈ। ਹੁਣ ਰੱਬ ਵੱਲੋਂ ਇਹ ਸਾਨੂੰ ਸਰੀਰ ਮਿਲਿਆ। ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਨਾ ਇੱਕ ਆਪਣਾ ਸੁਭਾਅ ਰੱਖਿਆ, ਗੁਰਬਾਣੀ ਚ ਉਦਾਹਰਣਾਂ ਲਈਆਂ ਨੇ। ਇੱਕ ਹੁੰਦੀ ਹੈ ਐਗਜ਼ਾਮਪਲ, ਉਦਾਹਰਣ, ਇੱਕ ਹੁੰਦਾ ਸਿਧਾਂਤ। ਉਦਾਹਰਣ ਸਮੇਂ ਨਾਲ ਬਦਲ ਜਾਂਦੀ ਹੈ, ਸਿਧਾਂਤ ਕਦੀ ਨਹੀਂ ਬਦਲਦਾ। ਜਿੱਦਾਂ ਮੰਨ ਲਓ ਵੀ ਕਿਸੇ ਨੇ ਕਿਸੇ ਥਾਂ, ਮਤਲਬ ਦਿੱਲੀ ਤੋਂ ਆਪਾਂ ਗੱਲ ਕਰੀਏ ਵੀ ਅਸੀਂ ਬੰਗਲਾ ਸਾਹਿਬ ਜਾਣਾ। ਹੁਣ ਸਾਡਾ ਜਿਹੜਾ ਉਦਾਹਰਣ ਹੋ ਗਈ, ਕੁਝ ਵੀ ਹੋ ਸਕਦਾ ਵੀ ਮੈਂ ਕੋਈ ਕਾਰ ਤੇ ਜਾ ਰਿਹਾ, ਕੋਈ ਪੈਦਲ ਜਾ ਰਿਹਾ, ਕੋਈ ਆਪਣੀ ਐਕਟਿਵਾ ਤੇ ਜਾ ਰਿਹਾ, ਵਹੀਕਲ ਤੇ ਜਾ ਰਿਹਾ, ਸਾਧਨ ਕੋਈ ਵੀ ਹੋ ਸਕਦਾ। ਪਰ ਸਿਧਾਂਤ ਇੱਕ ਹੈ। ਸਿਧਾਂਤ ਕੀ ਹੈ? ਬੰਗਲਾ ਸਾਹਿਬ ਜਾਣਾ, ਗੁਰਦੁਆਰਾ ਸਾਹਿਬ ਜਾਣਾ, ਕਿਤੇ ਵੀ ਜਾਣਾ, ਸਿਧਾਂਤ ਕਦੀ ਨਹੀਂ ਬਦਲ। ਬਾਣੀ ਪੜ੍ਹਨੀ ਹੈ, ਸਿਧਾਂਤ ਹੈ ਉਹ ਬਾਣੀ। ਮੈਂ ਗੁਟਕੇ ਤੋਂ ਪੜ੍ਹ ਲਾਂ, ਪਹਿਲਾਂ ਪੋਥੀਆਂ ਤੋਂ ਪੜ੍ਹਿਆ ਜਾਂਦਾ ਸੀ, ਅੱਜ ਬੰਦੇ ਗੁਟਕੇ ਤੋਂ ਪੜ੍ਹ ਲਏ। ਹੁਣ ਹੋਰ ਸਮਾਂ ਬਦਲ ਗਿਆ, ਸਾਧਨ ਫੋਨ ਵੀ ਇੱਕ ਬਣ ਗਿਆ, ਸਾਧਨ ਫੋਨ ਬਣ ਗਿਆ ਬਾਣੀ ਪੜ੍ਹਨ ਦਾ ਸਿਧਾਂਤ। ਪਰ ਸਿਧਾਂਤ ਕੀ ਹੈ? ਬਾਣੀ ਪੜ੍ਹਨਾ। ਸਾਧਨ ਬਦਲ ਜਾਂਦੇ ਨੇ, ਸਿਧਾਂਤ ਹੁਣ। ਪਹਿਲਾਂ ਲੋਕੀ ਸਾਧਨ ਸੀਗਾ ਕਿਸੇ ਨੂੰ ਆਪਣੀ ਗੱਲ ਦੂਜੇ ਤੱਕ ਪਹੁੰਚਾਣੀ, ਚਿੱਠੀ ਪੱਤਰ ਲਿਖੇ ਜਾਂਦੇ ਸੀ। ਪਰ ਸਿਧਾਂਤ ਕੀ ਸੀ? ਆਪਣੀ ਗੱਲ ਉੱਥੋਂ ਤੱਕ ਪਹੁੰਚਾਣੀ, ਕੰਟੈਕਟ ਬਣਿਆ ਰਵੇ। ਅੱਜ ਸਾਧਨ ਬਦਲ ਕੇ ਈਮੇਲ ਹੈ, ਵਟਸਐਪ ਹੈ, ਟੈਕਸ ਲੋਕੀ ਕਰਦੇ ਪਏ ਨੇ, ਪਰ ਮਤਲਬ ਦੂਜੇ ਨਾਲ ਸ਼ੇਅਰਿੰਗ ਕਰ ਲੈ। ਸਾਧਨ ਤੇ ਸਿਧਾਂਤ। ਹੁਣ ਆ ਇੱਕ ਸਿਧਾਂਤ ਗੁਰਬਾਣੀ ਵੀ ਦੋ ਚੀਜ਼ਾਂ, ਇੱਕ ਸਾਧਨ ਇੱਕ ਸਿਧਾਂਤ। ਸਾਧਨ ਕੋਈ ਵੀ ਹੋ ਸਕਦਾ ਹੈ। ਸਾਧਨ ਵਿੱਚ ਕਿਸੇ ਦੇਵੀ ਦੇਵਤੇ ਦੀ ਗੱਲ ਕੀਤੀ ਹੋ ਸਕਦੀ ਹੈ, ਕਿਸੇ ਪ੍ਰਹਲਾਦ ਹਰਨਾਕਸ਼ ਦੀ ਗੱਲ ਕੀਤੀ ਜਾ ਸਕਦੀ ਹੈ, ਰਾਮ ਸੀਤਾ ਦੀ ਗੱਲ ਕੀਤੀ, ਪਰ ਸਿਧਾਂਤ ਉੱਥੇ ਗੁਰਮਤ ਦਾ ਹੋਏਗਾ। ਸਾਧਨ ਗੁਰਬਾਣੀ ਨੇ ਕੁੱਤੇ ਸ਼ਬਦ ਗੁਰਬਾਣੀ ਚ ਸਾਧਨ ਵਰਤਿਆ, ਗੁਰਬਾਣੀ ਚ ਕੋਇਲ ਸਾਧਨ ਵਰਤਿਆ, ਗੁਰਬਾਣੀ ਵਿੱਚ ਤਲਾਬ ਸਾਧਨ ਵਰਤੇ ਨੇ, ਗੁਰਬਾਣੀ ਵਿੱਚ ਸਰੀਰ ਗੁਰਬਾਣੀ ਵਿੱਚ ਸਾਧਨ ਦੇ ਤੌਰ ਤੇ ਵਰਤਿਆ, ਪਰ ਇਹਦੇ ਪਿੱਛੇ ਸਿਧਾਂਤ ਛੁਪਿਆ ਹੋਇਆ ਹੈ। ਹੁਣ ਇੱਕ ਐਗਜ਼ਾਮਪਲ ਸਲੋਕ ਮੇਰਾ ਨੋਵਾਂ ਤੁਸੀਂ ਵੇਖੋ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਨੂੰ ਇਨਸਾਨਾਂ ਨੂੰ ਜੇ ਕੋਈ ਸਿਧਾਂਤ ਦੀ ਗੱਲ ਸਮਝਾਉਣੀ ਹੈ ਤੇ ਪਤਾ ਸਿਧਾਂਤ ਕੀ ਲਿਆ? ਇੱਕ ਕੁੱਤਾ ਲਿਆ ਸਿਧਾਂਤ। ਕੁੱਤਾ ਕੀ ਕਰਦਾ ਹੈ? ਕੁੱਤੇ ਦੀ ਗੱਲ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ, ਸਵਾਮੀ ਕੋ ਜਿਉ ਸਦਾ ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਬਿਦ ਹਰ ਭਜੋ ਇੱਕ ਮਨ ਹੋ। ਇਸ ਤੋਂ ਪਹਿਲਾਂ ਇੱਕ ਗੱਲ ਕਰ ਦਿੱਤੀ ਹੈ, ਏਕ ਭਗਤ ਭਗਵਾਨ ਜੇ ਪ੍ਰਾਣੀ ਕੈ ਨਾਹੇ ਮਨ। ਉਹਦੇ ਨਾਲ ਕੀ ਕਿਹਾ? ਜੈਸੇ ਸੂਕਰ ਸਵਾਨ, ਨਾਨਕ ਮਾਨੋ ਤਾਹੇ ਤਨ। ਹੁਣ ਇੱਕ ਸੂਰ ਤੇ ਕੁੱਤੇ ਦਾ ਸਾਧਨ ਦੇ ਕੇ ਕਿਹਾ ਵੀ ਜੇ ਤੇਰੇ ਅੰਦਰ ਇੱਕ ਰੱਬੀ ਵਿਚਾਰਧਾਰਾ, ਇੱਕ ਰੱਬ ਦੇ ਗੁਣ ਨਹੀਂ ਨਾ ਪ੍ਰਗਟ ਹੋਏ, ਤੂੰ ਰੱਬ ਦੀ ਭਗਤੀ ਵੱਲ ਨਹੀਂ ਜੁੜਿਆ, ਰੱਬੀ ਗੁਣਾਂ ਨੂੰ ਜ਼ਿੰਦਗੀ ਵਿੱਚ ਨਹੀਂ ਜੀਵਿਆ, ਤੇ ਤੂੰ ਮਨਾ ਕੀ ਹੈਗਾ? ਇੱਕ ਤੇ ਸੂਕਰ ਹੈ, ਦੂਜਾ ਸਵਾਨ ਹੈ। ਕਿਉਂ ਗੱਲ ਕੀਤੀ? ਕਿਉਂ? ਕਿਉਂਕਿ ਸੂਰ ਹਮੇਸ਼ਾ ਉਹਦਾ ਸਾਥ ਗੰਦਗੀ ਦੇ ਨਾਲ ਹੈ, ਤੇ ਜਿਹੜਾ ਕੂਕਰ ਦੀ ਗੱਲ ਕੀਤੀ, ਉਹ ਕੂਕਰ ਦਾ ਉਹ ਵਾਲਾ ਪੱਖ ਲਿਆ ਜਿਹੜਾ ਉਹ ਥਾਂ ਥਾਂ ਤੇ ਭਟਕਦਾ ਹੈ, ਦਰ ਦਰ ਤੇ ਭਟਕਣ ਵਾਲਾ, ਜਿਹੜਾ ਇੱਕ ਮਾਲਕ ਦਾ ਵਫ਼ਾਦਾਰ ਨਹੀਂ ਹੈ। ਹੁਣ ਇੱਥੇ ਦੋ ਗੱਲਾਂ। ਹੁਣ ਦੇਖੋ, ਸਾਧਨ ਹੈਗਾ ਕੂਕਰ ਤੇ ਸੂਕਰ, ਸੂਅਰ ਹੈ ਨਾ। ਏਕ ਭਗਤ ਭਗਵਾਨ ਜੇ ਪ੍ਰਾਣੀ ਕੇ ਨਾਹੇ ਮਨ, ਜੈਸੇ ਸੂਕਰ ਸਵਾਨ। ਸੂਰ ਗੰਦਗੀ ਨਾਲ ਸਾਂਝ ਪਾਉਂਦਾ ਹੈ, ਤੇ ਉਹ ਕੁੱਤੇ ਦਾ ਆਵਲਾ ਪੱਖ ਲਿਆ ਜਿਹੜਾ ਆਪਣੇ ਮਾਲਕ ਦਾ ਵਫ਼ਾਦਾਰ ਨਹੀਂ, ਉਹ ਥਾਂ ਥਾਂ ਤੇ ਭਟਕਦਾ, ਘਰ ਘਰ ਦਾ ਮੁਹਤਾਜ ਬਣ ਜਾਂਦਾ, ਕਿਉਂਕਿ ਉਹ ਕਿਸੇ ਇੱਕ ਦਾ ਨਹੀਂ ਰਿਹਾ। ਗੁਰਬਾਣੀ ਤੇ ਕਿਹਾ, ਜਿਉਂ ਕੂਕਰ ਹਲਕਾਇਆ ਧਾਵੇ ਦਹਿ ਦਿਸ ਜਾਏ। ਉਹ ਹਲਕਾ ਹੋਇਆ ਪਿਆ, ਉਹਨੂੰ ਹਲਕਾ ਲੋਭ ਦਾ ਹਲਕਾ ਹੋ ਗਿਆ। ਹੁਣ ਜਿਹੜੇ ਕਹਿੰਦੇ ਕਿ ਜਿਹੜੇ ਰੱਬੀ ਗੁਣਾਂ ਨਾਲ ਨਹੀਂ ਨਾ ਜੁੜੇ, ਉਹ ਮਨ ਕੀ ਕਰਦਾ?
एक सच ते कदी नहीं टिकदा, वह कदी इस ख्याल दे घर चला जांदा है, कदी चंगे ख्याल दे घर बड़ी घट गिनती चंगे ख्यालों वाल जाए, माड़े ख्याल वाल हमेशा, माड़े ख्यालों की दुनिया विच, माड़े ख्यालों के घर विच ओ मन रूपी कुत्ता भटकता है। ते सूअर क्यों? क्योंकि हमेशा गंदे विचारां दी गंदगी विच रहिंदा है। पर नाल एकदम गुरु तेग बहादुर साहब श्लोक मैं लनू, अगला श्लोक बिल्कुल, और उत्थे साधन स्वान वरत्या ते सिद्धांत की समझा दिता, स्वामी को ग्रह ज्यों सदा स्वान तजित नहीं नित। आ वेखो दूसरा पक्ष वेखियो जी, साधन ओही रखे है, सिद्धांत सानू फिर एक दे दिता। सतगुरु जी कहते भले स्वान का आ भी पक्ष है, हुण इत्थे असीं कही भी ओ कुत्ता धर्म क्यों नहीं, आ कुत्ते नूं धर्म दा दर्जा नहीं, कुत्ते नूं धर्म नहीं किया बिल्कुल भी नहीं, ओदे अंदर दी जिहड़ी कला है, जिहड़ी ओदे अंदर दी हरकत हो रही है, जिहड़ी ओदे अंदर सोच चलदी पई है ना, ओनू गुरु ने धर्म नाल तरजीह दित्ती है। एक उदाहरण साधन, पर सिद्धांत की है धर्म। हुण इत्थे कहा कुत्ता धर्म नहीं, कुत्ते अंदर वफादारी का जिहड़ा गुण है ना, यह धर्म है। कुत्ते का भी तो शरीर है ना, हुण कुत्ते दे उस शरीर विच की है, ओदे विच है अपने एक मालक दे प्रति वफादार, इन्ना वफादार कि दूजे दी हाथ दी रोटी तक ना खाए, इन्ना वफादार मालक सोटियां मारे ते अपने मालक दे दर ते बैठा रवे, मालक रो बाहर करके कुंडी ला दे, ते कुत्ता इन्ना वफादार होवे कि गेट दे सामने बैठ के सवेर होण दा इंतजार करे कि कदों मालक कुंडी खोले ते मैं घर चला जावां। सवेर हुई मालक ने कुंडी खोली बाहर निकलिया, भज के अपने मालक के पैर चटन लग पिया, इन्ना वफादार। सानू क्या भलिया उस सच के प्रति, एक के प्रति इन्ना वफादार हो जा। स्वामी को ग्रह ज्यों सदा स्वान तजत नहीं, नानक यह बिद, आ विधि जड़ी है ना, आ एक शब्द धर्म हैगा, यह बिद हर भजो, एक मन होए एक चित, सच नू जी लै, सच ते टिकिया रहो। हुण आ साधन सी कुत्ता, पर सिद्धांत की सी वफादार अपने मालक दे प्रति होना। हुण गुरबाणी नूं पुछो सतगुरु जी, तुसी गुरु रामदास साहिब जी तुहाडे बचन ने जो तुहानूं गुरबाणी कहिंदी है, जो तुहानूं उपजा सांगी सो भी संग ना होया, फिर मालक जी इस तन नूं तुसी धर्म कह दिता। गुरु साहिब समझाउंदे ने भलिया, आ गुरमत दा पल्ला फड़, ते गुरमत दे पल्ले दे विचों ना इहदे विच लुकी हुई दात नूं समझ लै, इह तैनूं बड़ा कीमती समा मिलिया। तैनूं वख वख विद्वानां दी राय है, पर जिन्नी कु समझ है आपां सांझ कर लईए। देखो रब वल्लों सानूं शरीर मिलिया है, रब वल्लों सारा संसार ही बनाया गया, आपां कहीए थोड़ा जिहा समझण वास्ते। पर कदी वेख्या जे ओ बूटे जिहड़े बूटे जंगलां विच ने ਉਹ ਵੀ ਰੱਬ ਦੀ ਕਿਰਤ ਨੇ, ਅਸੀਂ ਨੀ ਮੁਨਕਰ ਹੋ ਸਕਦੇ ਵੀ ਇਹ ਫਾਲਤੂ ਨੇ, ਨਹੀਂ ਫਾਲਤੂ, ਔਰ ਉਹ ਵੀ ਰੱਬ ਦੇ ਹੁਕਮ ਵਿੱਚ ਪੈਦਾ ਹੋਏ ਨੇ ਨਾ, ਰੱਬ ਦੀ ਪ੍ਰਕਿਰਤੀ ਹੈ, ਕੁਦਰਤ ਹੈ। ਪਰ ਜੜੇ ਬੂਟੇ ਕਿਸੇ ਫੁਲਵਾੜੀ ਵਿੱਚ ਨੇ, ਉਹ ਵੀ ਰੱਬ ਦੀ ਕਿਰਤ ਦਾ ਹਿੱਸਾ ਨੇ। ਪਤਾ ਦੋਵਾਂ 'ਚ ਫਰਕ ਕੀ ਹੈ? ਜਿਹੜੇ ਬੂਟੇ ਤੇ ਜੰਗਲਾਂ ਵਿੱਚ ਨੇ ਨਾ, ਉਹਨਾਂ ਨੂੰ ਕੋਈ ਮਾਲੀ ਨਹੀਂ ਮਿਲਿਆ, ਦਰਅਸਲ ਉਹ ਉਹਨਾਂ ਦਾ ਕੋਈ ਖਸਮ ਨਹੀਂ, ਕੋਈ ਮਾਲੀ ਨਹੀਂ, ਉਹ ਵਧੇ ਫੁੱਲੇ ਬੜੇ, ਪਰ ਉਹ ਕਿਸੇ ਦਿਸ਼ਾ ਵਿੱਚ ਨਾ ਗਏ, ਜਿੱਧਰ ਨੂੰ ਆਇਆ ਝਾੜੀਆਂ ਬਣ ਗਈਆਂ, ਔਰ ਉਹ ਜੰਗਲ ਬਣ ਗਏ, ਇੰਨਾ ਭਿਆਨਕ ਰੂਪ ਹੋ ਗਿਆ ਵੀ ਲੋਕ ਉਹਨਾਂ ਜੰਗਲਾਂ ਵਾਂ ਜਾਲ ਤੋਂ ਡਰਨ ਲੱਗ ਪਏ ਵੀ ਉੱਥੇ ਹੀ ਰਹੀ ਜਾਣਾ। ਹਾਲਾਂਕਿ ਹੈ ਦਰਖਤ, ਪੇੜ ਪੌਦੇ ਨੇ, ਹੈ ਕੁਝ ਵੀ ਨਹੀਂ, ਪਰ ਜਿਹੜੇ ਜਦੋਂ ਕਿਤੇ ਉਹਨਾਂ ਜੰਗਲਾਂ ਦਾ ਜਾਂ ਉਸ ਥਾਂ ਦਾ ਕੋਈ ਮਾਲੀ ਬਣ ਜਾਂਦਾ ਹੈ, ਉਹ ਫਿਰ ਉਹ ਕੀ ਕਰਦਾ? ਉਹ ਬੇਲੋੜੇ ਬੂਟਿਆਂ ਨੂੰ ਪੁੱਟਦਾ। ਉਹਦੇ ਪੁੱਟਣ ਦੇ ਪਿੱਛੇ ਕੋਈ ਗਲਤ ਭਾਵਨਾ ਨਹੀਂ, ਉਹਦੇ ਪਿੱਛੇ ਭਾਵਨਾ ਹੈ ਵੀ ਜਿਹੜੇ ਬੇਲੋੜੇ ਬੂਟੇ ਨੇ ਇਹਨੂੰ ਪੁੱਟਾਂ ਤੇ ਇਹਦੇ ਵਿੱਚ ਭਾਵੇਂ ਮੈਂ ਉਹਨਾਂ ਨੂੰ ਹੀ ਲਾਵਾਂ, ਪਰ ਉਹਨਾਂ ਦੀ ਕੋਈ ਬਨਾਵਟ ਵਿੱਚ ਲਾਵਾਂ, ਉਹਨਾਂ ਨੂੰ ਕਿਸੇ ਆਕਾਰ ਵਿੱਚ ਲਾਵਾਂ, ਤਾਂ ਕਿ ਇਹਨਾਂ ਦਾ ਵਾਤਾਵਰਣ ਸੋਹਣਾ ਬਣੇ। ਜਦੋਂ ਕੋਈ ਦਾ ਮਾਲੀ ਬਣ ਜਾਂਦਾ ਹੈ, ਫਿਰ ਅਸੀਂ ਉਹਨੂੰ ਜੰਗਲ ਨਹੀਂ ਕਹਿੰਦੇ, ਉਹਨੂੰ ਫਿਰ ਬਾਗ ਕਹਿ ਦਿੱਤਾ ਜਾਂਦਾ ਹੈ, ਬਗੀਚਾ ਕਹਿ ਦਿੱਤਾ ਜਾਂਦਾ ਹੈ, ਉਹਨੂੰ ਕੁਝ ਸੋਹਣੇ ਸੋਹਣੇ ਨਾਵਾਂ ਦੇ ਨਾਲ। ਤੇ ਜਿਹੜੇ ਲੋਕ ਡਰਦੇ ਨੇ ਜੰਗਲ ਵਿੱਚ ਜਾਣ ਤੋਂ, ਲੋਕੀ ਫਿਰ ਕਹਿੰਦੇ ਨੇ ਵੀ ਉਹ ਥਾਂ ਬੜੀ ਸੁਹਾਵਣੀ ਹੈ, ਥੋੜਾ ਸਮਾਂ ਕੱਢ ਕੇ ਉੱਥੇ ਬੈਠ ਕੇ ਆਈਏ, ਉੱਥੇ ਬੈਠੀਏ ਬੜਾ ਟਿਕਾ ਮਿਲਦਾ ਹੈ, ਬੜੀ ਮਨ ਨੂੰ ਸ਼ਾਂਤੀ ਮਿਲਦੀ ਹੈ। ਦੇਖੋ ਹੈ ਥਾਂ ਪੇੜ ਉਹੀ ਸਨ, ਪਰ ਜਿੰਨਾ ਚਿਰ ਉਹਨਾਂ ਦਾ ਕੋਈ ਮਾਲੀ ਨਹੀਂ ਸੀ ਬਣਿਆ, ਉਹ ਜੰਗਲ ਉਜਾੜਾ ਪਿਆ ਸੀ। ਜਦੋਂ ਉਹਨਾਂ ਦਾ ਕੋਈ ਮਾਲੀ ਵਾਰਸ ਬਣ ਗਿਆ, ਫਿਰ ਲੋਕ ਜਾ ਜਾ ਕੇ ਬਹਿਣ ਲੱਗ ਪਏ ਉੱਥੇ।
क्यों हुण सतगुर ने ना आ सानू एक बुझार समझा दिती, भलिया वेख गुरमत दा पल्ला फड़ना क्यों जरूरी है, क्योंकि बख्शे रब ए शरीर ने सारिया दे कोल शरीर है, पर जे तू इस चीज नू समझना ना इहदे विच धर्म किवें है ते फिर उहदे लई सानू धर्म दा अर्थ समझना पएगा। दरअसल धर्म हमेशा हुण एक गल होर देखियो, धर्म नू असीं समझण वास्ते शब्द वर्ती सजावट, सजावट कदी बंदे उहने जिहड़ा माली ने बूटे सवारे ने, जिहड़ा बूटे नू शिंगारे है ਉਹ ਥਾਂ ਨੂੰ ਸੋਹਣਾ ਬਣਾਇਆ, ਮਾਲੀ ਨੇ ਆਪਣੇ ਲਈ ਨਹੀਂ ਬਣਾਇਆ। ਸਜਾਵਟ ਸ਼ਿੰਗਾਰ ਹਮੇਸ਼ਾ ਦੂਸਰਿਆਂ ਲਈ ਹੈ। ਗੁਰਬਾਣੀ ਨੇ ਵੀ ਕਹਿਤਾ ਕਿ ਉਹ ਸ਼ਿੰਗਾਰ ਆਪਣੇ ਲਈ ਨਹੀਂ, ਮਿਲਣ ਕਹਿਤਾ ਹੀ, ਕਿਸੇ ਨੂੰ ਮਿਲਣ ਦੇ ਲਈ ਸ਼ਿੰਗਾਰ ਕੀਤਾ। ਹਰ ਨਾ ਮਿਲੇ ਜਗ ਜੀਵਨ ਗੁਸਾਈ, ਸ਼ਿੰਗਾਰ ਹਮੇਸ਼ਾ ਦੂਸਰੇ ਲਈ ਹੈ। ਮਾਲੀ ਨੇ ਬੂਟਿਆਂ ਨੂੰ ਸ਼ਿੰਗਾਰਿਆ ਦੂਜੇ ਵੇਖਣ, ਮਾਲੀ ਤੇ ਰੋਜ਼ ਸ਼ਿੰਗਾਰਦਾ। ਹੁਣ ਆਹ ਵੇਖਿਓ ਗੁਰੂ ਦਾ ਫੰਕਸ਼ਨ, ਤਾਂ ਕਿ ਜਦੋਂ ਗੁਰੂ जीवन में आ जाए ना तो फिर जीवन की छोटी छोटी गल की वैल्यू पै जाती है। दरअसल गुरु मत रूप होके, विचार रूप होके जिथे भी आ जाएगा ना उस चीज की वैल्यू होने लग पेगी। साढ़े परिवार के जीवों में गुरमत आ गई, परिवार के जीवों की जीवों की कदर करनी सीख जावे एक दूजे के प्रति। गुरमत का पला फड़ना तां जरूरी है कि बंदा हर एक गल की उहदी ख्याल करे, उहदी विचार करे भी इस चीज का की महत्व है, की इहदे लई मेरी जिम्मेवारियां ने। ਹੁਣ ਸ਼ਿੰਗਾਰ ਰੱਬ ਨੇ ਸਰੀਰ ਬਣਾਇਆ ਤੇ ਗੁਰੂ ਨੇ ਇਹਨੂੰ ਸ਼ਿੰਗਾਰ ਦਿੱਤਾ, ਗੁਰੂ ਨੇ ਇਹਨੂੰ ਸਵਾਰਿਆ ਤੇ ਉਜੜੇ ਹੋਏ ਜੀਵਨ ਜਿਹੜੇ ਇਸ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਨੇ ਇਹ ਸਰੀਰ ਸਭ ਧਰਮ ਹੈ, ਤੇ ਜਿਹੜੇ ਹੁਣ ਵੇਖੋ ਜਿਹੜੇ ਇਸ ਸਰੀਰ ਨੂੰ ਪਾ ਕੇ ਲੋਕਾਂ ਨੂੰ ਮਾਰਦੇ ਪਏ ਸਨ, ਲੁੱਟਦੇ ਪਏ ਸਨ, ਗੁਰੂ ਨਾਨਕ ਸਾਹਿਬ ਜੀ ਉਹਨਾਂ ਕੋਲ ਕੇ ਉਹਨਾਂ ਨੇ ਕਿਹਾ ਭਲਿਆ ਆਪਣੇ ਸਰੀਰ ਨੂੰ ਸਮਝ ਲੈ, ਸੱਜਣਾ ਤੂੰ ਵਾਕਈ ਸੱਜਣ ਹੈ, ਪਰ ਜਿੱਦਣ ਤੂੰ ਇਹ ਸਰੀਰ ਦੀ ਗੱਲ ਸਮਝ ਲਈ, ਤੂੰ ਆਪਣੇ ਅੰਦਰੋਂ ਜਾਂ ਦੂਜਿਆਂ ਦੇ ਸਰੀਰ ਵਿੱਚ ਬੈਠੇ ਰੱਬ ਦੀ ਜੋਤ ਨੂੰ ਵੇਖ ਲਿਆ, ਤੂੰ ਇਹਨਾਂ ਸਰੀਰਾਂ ਦਾ ਘਾਣ ਨਹੀਂ ਕਰੇਗਾ, ਬਲਕਿ ਇਹਨਾਂ ਦੀ ਸੰਭਾਲ ਸੇਵਾ ਕਿਉਂ ਕਰਨੀ ਸੀ। ਸੇਵਾ ਦਾ ਇਹ ਮਤਲਬ ਹੈ ਕਿ ਉਸ ਸਰੀਰ ਦੀਆਂ ਜਿਹੜੀਆਂ ਲੋੜਾਂ ਨੇ, ਕਿਉਂਕਿ ਰੱਬ ਗੁਰੂ ਨੇ ਕਿਹਾ ਸਰੀਰ ਸਭ ਧਰਮ ਹੈ, ਤੇ ਮੈਂ ਉਸ ਧਰਮ ਦੀ ਸੇਵਾ ਵਿੱਚ ਲੱਗਾ, ਉਸਨੂੰ ਧਰਮ ਨੂੰ ਸਮਰਪਿਤ ਹਾਂ, ਮੈਂ ਕਿਸੇ ਬੰਦੇ ਨੂੰ ਨਹੀਂ, ਧਰਮ ਨੂੰ ਸਮਰਪਿਤ ਹੋ ਕੇ ਮੈਂ ਦੂਜਿਆਂ ਦੀ ਬਾਂਹ ਪਿਆ ਫੜਦਾ। ਇਹ ਸਮਝਣਾ ਗੁਰਮਤ ਦੇ ਚਾਨਣ ਚੋਂ ਹੈ। ਹੁਣ ਰੱਬ ਨੇ ਸਰੀਰ ਦਿੱਤਾ, ਗੁਰੂ ਨੇ ਇਸਨੂੰ ਸ਼ਿੰਗਾਰਿਆ ਸਵਾਰਿਆ, ਤੇ ਸ਼ਿੰਗਾਰਿਆ ਇੰਨਾ ਕੁ ਸਵਾਰਿਆ ਗੁਰੂ ਸਾਹਿਬ ਨੂੰ ਕਹਿਣਾ ਪੈ ਗਿਆ ਵੀ ਇਹ ਸਰੀਰ ਹੀ ਧਰਮ ਬਣ ਗਿਆ ਜੀ। ਹੁਣ ਧਰਮ ਬਣ ਗਿਆ ਮਤਲਬ ਰੱਬ ਦਾ ਟਿਕਾਣਾ ਬਣ ਗਿਆ। ਹੁਣ ਵੇਖੋ ਸਜਾਵਟ ਦੂਜਿਆਂ ਲਈ ਹੈ ਤੇ ਧਰਮ ਵੀ ਇੱਕ ਸਜਾਵਟ ਹੈ, ਪਰਉਪਕਾਰ ਹੈ ਦੂਸਰਿਆਂ ਦੇ ਲਈ। ਧਰਮ ਹੀ ਹੈ ਹੀ ਉਹ ਜਿਹੜਾ ਦੂਜਿਆਂ ਲਈ ਜੀਵਿਆ ਜਾਏ। ਅਸੀਂ ਕਹਿੰਦੇ ਹਾਂ ਵੀ ਬੰਦਾ ਬਾਣੀ ਪੜ੍ਹ ਲਏ ਧਰਮੀ ਹੈ, ਗੁਰਦੁਆਰੇ ਜਾਏ ਧਰਮੀ ਕਹਿੰਦੇ ਹਾਂ। ਸਾਡੀ ਧਰਮੀ ਧਰਮੀ ਬਣਾਉਂਦੀਆਂ ਡਿਗਰੀਆਂ ਵੱਖਰੀਆਂ ਰੱਖੀਆਂ ਨੇ, ਉੱਤੋਂ ਦੀ ਕਿਰਪਾਨ ਬਾਈ ਬੰਦਾ ਧਰਮੀ ਹੈ, ਪਰ ਉਹ ਭਾਵੇਂ ਚਲੋ ਗੁਰਦੁਆਰਾ ਸਾਹਿਬ ਨਹੀਂ ਜਾਂਦਾ, ਪਰ ਜੇ ਦੂਜਿਆਂ ਦੀ ਹੈਲਪ ਕਰਦਾ, ਸਮਾਜ ਸੇਵਾ ਚੰਗੀ ਤਰ੍ਹਾਂ ਸਮਰਪਣ ਹੈ, ਸੇਵਾ ਵਿੱਚ ਹਮੇਸ਼ਾ ਰੇਡੀ ਰਹਿੰਦਾ, ਮਿੱਠ ਬੋਲਦਾ ਹੈ, ਚੰਗੇ ਗੁਣ ਨੇ ਉਹਦੇ ਵਿੱਚ, ਸਾਡੀ ਜ਼ੁਬਾਨ ਤੇ ਘੱਟ ਸ਼ਬਦ ਆਉਂਦਾ, ਬੰਦਾ ਬੜਾ ਧਰਮੀ। ਅਸੀਂ ਧਰਮ ਦੀ ਗੱਲ ਜਾਂ ਧਰਮੀ ਹੋਣ ਦੀ ਵਿਆਖਿਆ ਦੂਜੀ ਕੀਤੀ। ਗੁਰੂ ਸਾਹਿਬ ਕਹਿੰਦੇ ਨੇ ਧਰਮ ਹੈ ਪਰਉਪਕਾਰ, ਜਿਹੜਾ ਦੂਜਿਆਂ ਲਈ ਜੀਵਿਆ ਜਾਏ, ਤੇ ਧਰਮ ਇੱਕ ਸਜਾਵਟ ਹੈ, ਸ਼ਿੰਗਾਰਿਆ ਹੋਇਆ ਧਰਮੀ ਬੰਦਾ ਜਿਹੜਾ ਰੱਬੀ ਗੁਣਾਂ ਨਾਲ ਸ਼ਿੰਗਾਰਿਆ, ਦਰਅਸਲ ਉਹ ਧਰਮੀ ਹੈ, ਕਿਉਂਕਿ ਧਰਮ ਇੱਕ ਸਜਾਵਟ ਹੈ। ਹੁਣ ਤੁਸੀਂ ਵੇਖੋ ਲੋਕਾਂ ਨੇ ਆਕਰਸ਼ਿਤ ਕਰਨ ਵਾਸਤੇ ਨਾ ਆਪਣੀਆਂ ਥਾਵਾਂ ਨੂੰ ਬੜਾ ਸ਼ਿੰਗਾਰਿਆ ਹੁੰਦਾ, ਤੇ ਧਰਮੀ ਬੰਦਾ ਹੋ ਜਿਹਦੇ ਵੱਲ ਲੋਕੀ ਆਕਰਸ਼ਿਤ ਹੋ ਜਾਣ, ਉਹ ਕਿਸੇ ਚੰਗੇ ਗੁਣਾਂ ਨਾਲ ਸ਼ਿੰਗਾਰਿਆ ਹੁੰਦਾ। ਸੋ ਸਤਿਗੁਰ ਜੀ ਨੇ ਸਰੀਰ ਸ਼ਬਦ ਵਰਤਿਆ, ਗੁਰਬਾਣੀ ਕਹਿੰਦੀ ਹੈ ਜੋ ਬ੍ਰਹਿਮੰਡੇ ਸੋਏ ਪਿੰਡੇ, ਜੋ ਖੋਜੈ ਸੋ ਪਾਵੈ। ਆਪਾਂ ਗੱਲ ਸ਼ੁਰੂ ਕਰੀਏ, ਮੈਂ ਬੇਨਤੀ ਕਰ ਚੁੱਕਾ ਕਿ ਧਰਮ ਜਿਹੜਾ ਦੂਜਿਆਂ ਲਈ ਜੀਵਿਆ ਜਾਵੇ। ਹੁਣ ਇਹ ਸਰੀਰ ਦੇ ਕੁਝ ਜਿਹੜੇ ਸਾਡੇ ਹਿੱਸੇ ਨੇ, ਸਾਡੀਆਂ ਅੱਖਾਂ, ਸਾਡੇ ਕੰਨ, ਮੇਰੀ ਜੇਬਾ, ਮੇਰੇ ਹੱਥ, ਮੇਰੇ ਪੈਰ, ਸਤਿਗੁਰੂ ਜੀ ਨੇ ਰਹਿਮਤ ਕੀਤੀ ਭਲਿਆ ਆ ਸਾਧਨ ਨੇ, ਇਹਨਾਂ ਵਿੱਚ ਇੱਕ ਸਿਧਾਂਤ ਹੈ। ਹੁਣ ਉਹ ਸਿਧਾਂਤ ਨੂੰ ਵੇਖਣਾ ਹੈ। ਸ਼ੁਰੂਆਤ ਆਪਾਂ ਇੱਥੋਂ ਕਰ ਲਈਏ, ਭਾਵਾਂ
ਇਹਦੇ ਜ਼ੁਬਾਨ ਹੈ, ਮੂੰਹ ਹੈ, ਇਹਨਾਂ ਅੰਗਾਂ ਤੋਂ ਮਿਲ ਕੇ ਇਹ ਸਰੀਰ ਬਣਿਆ। ਔਰ ਦੇਖੋ ਹਰ ਇੱਕ ਅੰਗ ਦਾ ਆਪਣਾ ਵੱਖਰਾ ਵੱਖਰਾ ਟਿਕਾਣਾ ਹੈ। ਅੱਖਾਂ ਕਿਤੇ ਨੇ, ਕੰਨ ਕਿਤੇ ਨੇ, ਹੱਥ ਕਿਤੇ ਨੇ, ਪੈਰ ਕਿਤੇ ਨੇ, ਇਹਨਾਂ ਦਾ ਟਿਕਾਣਾ ਵੱਖਰਾ, ਇਹਨਾਂ ਦਾ ਕੰਮ ਵੱਖੋ ਵੱਖਰਾ ਆਪਣਾ ਆਪਣਾ। ਅੱਖਾਂ ਦਾ ਕੰਮ ਵੇਖਣਾ, ਇਹ ਸੁਣ ਬਿਲਕੁਲ ਨਹੀਂ ਸਕਦੀਆਂ, ਕੋਈ ਸਾਂਝ ਨਹੀਂ। ਕੰਨਾਂ ਦਾ ਕੰਮ ਕੁੱਲ ਕੇਵਲ ਸੁਣਨਾ, ਉਹ ਵੇਖ ਬਿਲਕੁਲ ਨਹੀਂ ਜੇ ਸਕਦੇ। ਜ਼ੁਬਾਨ ਦਾ ਕੰਮ ਬੋਲਣਾ, ਵਿਚਾਰਨਾ ਬਿਲਕੁਲ ਨਹੀਂ ਇਸਨੇ। ਹੱਥਾਂ ਦਾ ਕੰਮ ਕਰਨਾ, ਪੈਰਾਂ ਦਾ ਕੰਮ ਚੱਲਣਾ। ਹੁਣ ਇੱਕ ਇਹਨਾਂ ਦੇ ਕੰਮ ਵੱਖੋ ਵੱਖਰੇ ਨੇ, ਇਹਨਾਂ ਦੇ ਟਿਕਾਣੇ ਵੱਖਰੋ ਵੱਖਰੇ ਨੇ, ਪਰ ਫਿਰ ਵੀ ਕਿੰਨੇ ਇਕੱਠੇ ਨੇ ਇੱਕ ਦੂਜੇ ਲਈ। ਔਰ ਇੱਕ ਮਿਲ ਕੇ ਕੀ ਬਣਿਆ? ਸਰੀਰ ਬਣਿਆ। ਔਰ ਗੁਰੂ ਨੇ ਕਹਿਤਾ ਸਰੀਰ ਸਾ ਧਰਮ ਹੈ। ਟਿਕਾਣੇ ਵੱਖਰੇ, ਦਿਸ਼ਾ ਵੱਖਰੀਆਂ, ਕੰਮ ਇਹਨਾਂ ਦੇ ਵੱਖਰੋ ਵੱਖਰੇ। ਫਿਰ ਸਤਿਗੁਰੂ ਜੀ ਨੇ ਗੁਰਬਾਣੀ ਚ ਕਿਹਾ ਭਲਿਓ ਇਹਨਾਂ ਦੀ, ਇਹਨਾਂ ਦਾ ਜਿਹੜਾ ਇੱਕ ਦੂਜੇ ਦੇ ਪ੍ਰਤੀ ਸਮਰਪਣ ਹੈ ਨਾ, ਉਹ ਵੇਖਣਾ ਆਪਾਂ। ਸੌਖੀ ਜੀ ਢੰਗ ਤਰੀਕਾ ਹੈ, ਆਪਾਂ ਸ਼ਾਇਦ ਕਿਤੇ ਨੇੜੇ ਹੋ ਜਾਈਏ ਧਰਮ ਦੇ, ਸਤਿਗੁਰੂ ਦੀ ਰਹਿਮਤ। ਹੁਣ ਵੇਖੋ ਸ਼ੁਰੂਆਤ ਕਰੀਏ ਆਪਣੀ ਅੱਖਾਂ ਤੋਂ। ਅੱਖਾਂ ਵੇਖਦੀਆਂ ਨੇ ਆਪਣੇ ਲਈ, ਅੱਖਾਂ ਵੇਖਦੀਆਂ ਨੇ ਪੈਰਾਂ ਦੇ ਲਈ, ਕਿਉਂਕਿ ਜਦੋਂ ਪੈਰਾਂ ਦੀ ਦਿਸ਼ਾ ਵਿੱਚ ਹੋਣ ਨਾ, ਪੈਰ ਕਿਤੇ ਚੱਲਦੇ ਹੋਣ, ਅੱਖਾਂ ਕਦੀ ਬੰਦ ਨਹੀਂ ਹੁੰਦੀਆਂ। ਅੱਖਾਂ ਨੇ ਖੁੱਲ੍ਹ ਕੇ ਰਹਿਣਾ ਕਿਉਂਕਿ ਪੈਰ ਕਿਸੇ ਗਤੀ ਵਿੱਚ ਨੇ, ਦਿਸ਼ਾ ਵਿੱਚ ਨੇ। ਅੱਖਾਂ ਨੂੰ ਇਸ ਗੱਲ ਦਾ ਪੂਰਾ ਅਹਿਸਾਸ ਹੈ ਕਿ ਜੇ ਮੈਂ ਆਪਣੇ ਆਪ ਨੂੰ ਬੰਦ ਕਰ ਲਿਆ ਤੇ ਪੈਰਾਂ ਨੂੰ ਚੱਟ ਠੋਕਰ ਵੱਜਣੀ ਹੈ। ਇਹਨਾਂ ਨੇ ਕਿਸੇ ਦਿਸ਼ਾ ਵੱਲ ਇੱਕ ਕਦਮ ਨਹੀਂ ਇਹਨਾਂ ਕੋਲ ਪੁੱਟਿਆ ਜਾਣਾ। ਤੇ ਅੱਖਾਂ ਉਹਨਾਂ ਚਿਰ ਖੁੱਲੀਆਂ ਰੱਖਦੀਆਂ ਨੇ ਆਪਣੇ ਆਪ ਨੂੰ ਜਿੰਨਾ ਚਿਰ ਪੈਰ ਆਪਣੀ ਕਿਤੇ ਮਿੱਥੀ ਹੋਈ ਦਿਸ਼ਾ ਤੇ ਨਹੀਂ, ਮੰਜ਼ਿਲ ਤੱਕ ਨਹੀਂ ਪਹੁੰਚ ਜਾਂਦੇ। ਕਿੰਨੀਆਂ ਵੀ ਥੱਕ ਜਾਣੇ, ਬਾਰ ਬਾਰ ਬੰਦ ਹੋਣ, ਪਰ ਫਿਰ ਵੀ ਧੱਕੇ ਨਾਲ ਆਪਣੇ ਆਪ ਨੂੰ ਖੋਲ ਕੇ ਰੱਖਦੀਆਂ ਨੇ ਵੀ ਨਹੀਂ, ਪੈਰ ਹਜੇ ਗਤੀ ਵਿੱਚ ਨੇ, ਪੈਰ ਚੱਲਦੇ ਪਏ, ਪੈਰਾਂ ਨਾਲ ਕੋਈ ਕੰਮ ਹੋ ਰਿਹਾ ਹਜੇ। ਜੇ ਅਸੀਂ ਬੰਦ ਹੋ ਗਈਆਂ, ਪੈਰਾਂ ਦੀ ਦਿਸ਼ਾ ਰੁਕ ਜਾਣੀ ਹੈ। ਤੇ ਵੇਖੋ ਜਿਹੜਾ ਬੰਦਾ ਨੇਤਰਹੀਣ ਹੁੰਦਾ ਨਾ, ਉਹਨੂੰ ਕਿਸੇ ਦੂਜੇ ਪੈਰਾਂ, ਆਪਣੇ ਪੈਰ ਵਧਾਉਣ ਵਾਸਤੇ ਕਿਸੇ ਦੂਜਿਆਂ ਦੀ ਅੱਖਾਂ ਦੀ ਲੋੜ ਪੈ ਜਾਂਦੀ ਹੈ। ਅੱਖਾਂ ਦੀ ਲੋੜ ਤਾਂ ਵੀ ਹੈਗੀ ਹੈ ਕਿਉਂਕਿ ਕਿਸੇ ਪੈਰਾਂ ਨੇ ਗਤੀ ਵੱਲ ਚੱਲਣਾ ਹੈ ਨਾ। ਸੋ ਇਹ ਦੇਖੋ ਇੱਕ ਇਹਨਾਂ ਵਿੱਚੋਂ ਆਪਾਂ ਗੱਲ, ਮੈਂ ਦਾਅਵਾ ਨਹੀਂ ਕਰਦਾ ਵੀ ਬਿਲਕੁਲ ਸਹੀ ਗੱਲ ਹੈ, ਕੇਵਲ ਛੋਟੀਆਂ ਉਦਾਹਰਣਾਂ ਨੇ ਆ ਚੀਜ਼ਾਂ ਸਰੀਰ ਦੇ ਧਰਮ ਵਿੱਚ ਸਮਝਣ ਦੇ ਲਈ। ਅੱਖਾਂ ਦਾ ਵੇਖਣਾ ਆਪਣੇ ਪੈਰਾਂ ਦੇ ਲਈ ਵੀ, ਪੈਰਾਂ ਚੱਲਦੇ ਪਏ ਨੇ ਆਪਣੀ ਮੰਜ਼ਿਲ ਮਕਸੂਦ ਤੱਕ ਪਹੁੰਚ ਜਾਣ, ਕਦੀ ਨਹੀਂ ਬੰਦ ਹੁੰਦੀਆਂ ਭਾਵੇਂ ਥੱਕੀਆਂ ਹੋਣ। ਜਦੋਂ ਇਹ ਆਪਣੀ ਮੰਜ਼ਿਲ ਤੇ ਪਹੁੰਚ ਜਾਂਦੀਆਂ ਨੇ, ਪੈਰ ਪਹੁੰਚ ਜਾਂਦੇ ਨੇ, ਅੱਖਾਂ ਆਪਣੇ ਆਪ ਨੂੰ ਬੰਦ ਹੋ ਜਾਂਦੀਆਂ ਨੇ, ਥੋੜਾ ਆਰਾਮ ਕਰ ਲੈਂਦੀਆਂ ਨੇ, ਥਕੇਵਾਂ ਲੈਂਦਾ ਇਹਨਾਂ ਦਾ, ਫਿਰ ਖੋਲ ਆਪਣੇ ਦਿਸ਼ਾ ਵਿੱਚ ਲੱਗ ਜਾਂਦੀਆਂ। ਅੱਖਾਂ ਦਾ ਵੇਖਣਾ ਪੈਰਾਂ ਦੇ ਲਈ। ਦੂਸਰੀ ਗੱਲ, ਕੰਨ ਸੁਣ ਰਹੇ ਨੇ ਤੇ ਕੰਨ ਸੁਣਦੇ ਨੇ ਆਪਣੇ ਲਈ ਸੁਣਦੇ ਪਏ ਨੇ? ਬਿਲਕੁਲ ਵੀ ਨਹੀਂ। ਕੰਨਾਂ ਦਾ ਸੁਣਨਾ ਹੈ ਜ਼ੁਬਾਨ ਦੇ ਲਈ। ਜਿਹੜਾ ਬੱਚਾ, ਅਸੀਂ ਬੱਚੇ ਦੇ ਕੰਨ ਵਿੱਚ ਕਿਉਂ ਬਾਰ ਬਾਰ ਬੋਲਦੇ ਹਾਂ? ਕਿਉਂਕਿ ਇਹਦੇ ਕੋਲ ਬੋਲ ਆ ਜਾਣ, ਇਹਦੇ ਕੰਨਾਂ ਵਿੱਚ ਆਵਾਜ਼ ਪਵੇ ਤੇ ਇਹਦੀ ਜੇਬਾਂ ਕੁਝ ਬੋਲ ਸਕੇ। ਤੁਸੀਂ ਕਦੀ ਦੇਖੋ ਜਦੋਂ ਕਲਾਸ ਵਿੱਚ ਟੀਚਰ ਪੜ੍ਹਾਉਂਦਾ ਤੇ ਬੱਚੇ ਸਾਇਲੈਂਟ ਹੁੰਦੇ ਨੇ, ਪੂਰਾ ਧਿਆਨ ਆਪਣੇ ਟੀਚਰ ਦੀ ਗੱਲ ਤੇ ਹੈ। ਜਿੰਨੇ ਕਾਫੀ ਟਾਈਮ ਲਾ ਕੇ ਆਪਣੇ ਲੈਕਚਰ ਸੁਣੇ ਨੇ, ਟੀਚਰ ਨੂੰ ਸੁਣਿਆ ਵਾ, ਉਹਦੇ ਲੈਕਚਰ ਪ੍ਰੋਫੈਸਰ ਦੇ ਸੁਣੇ ਨੇ, ਉਹ ਫਿਰ ਕੁਝ ਟਾਈਮ ਬਾਅਦ ਉਹ ਆਪਣੀ ਜ਼ੁਬਾਨ ਤੋਂ ਉਹ ਗੱਲ ਕਰ ਪਾਉਂਦਾ। ਜਿੰਨੇ ਕਦੀ ਆਪਣੇ ਪ੍ਰੋਫੈਸਰ ਦੀ ਗੱਲ ਸੁਣੀ ਨਹੀਂ, ਉਹ ਕਦੀ ਬੋਲ ਨਹੀਂ ਸਕਦਾ। ਕੰਨਾਂ ਦਾ ਫਰਜ਼ ਹੈ ਸੁਣਨਾ। ਕੰਨ ਕਹਿੰਦੇ ਨੇ ਮੈਂ ਤਾਂ ਆਪਣੇ ਅੰਦਰ ਸਾਰਾ ਖਜ਼ਾਨਾ ਇਕੱਠਾ ਕਰਦਾ ਪਿਆ ਵੀ ਜੇ ਬਾਅਦ ਤੇਰੇ ਕੋਲ ਕੁਝ ਬੋਲਣ ਦੇ ਲਫ਼ਜ਼ ਆ ਜਾਣ। ਮੈਂ ਅਸੀਂ ਆਪਣੇ ਵਿੱਚ ਤਾਂ ਸ਼ਬਦ ਪਵਾ ਰਹੇ ਹਾਂ, ਤਾਂ ਸੁਣਦੇ ਪਏ ਹਾਂ, ਆਪਣੀ ਡਿਊਟੀ ਤਾਂ ਨਿਭਾ ਰਹੇ ਹਾਂ ਤਾਂ ਕਿ ਜਿਹਬਾ ਨੂੰ ਕੁਝ ਬੋਲਣ ਦੀ ਜਾਂਚ ਆ ਜਾਏ। ਕਿਉਂਕਿ ਜਿੰਨਾ ਚਿਰ ਕੰਨਾਂ ਵਿੱਚ ਸ਼ਬਦ ਨਹੀਂ ਨਾ ਪਿਆ, ਇਸ ਜ਼ੁਬਾਨ ਕੋਲ ਸ਼ਬਦ ਆ ਹੀ ਨਹੀਂ ਸਕਦੇ। ਬੱਚੇ ਨੂੰ ਜਿਹੜਾ ਜਨਮ ਲੈਂਦਾ, ਉਹਨੂੰ ਕਿਸੇ ਐਸੀ ਥਾਂ ਤੇ ਬੰਦ ਕਰ ਦਿੱਤਾ ਜਾਏ ਜਿੱਥੇ ਕੋਈ ਸ਼ਬਦ ਨਾ ਪਹੁੰਚੇ, ਉਹਦੇ ਕੰਨਾਂ ਵਿੱਚ ਕੋਈ ਆਵਾਜ਼ ਨਾ ਪਵੇ, ਉਹ ਬੱਚਾ ਗੱਲ ਨਹੀਂ ਕਰ ਸਕਦਾ। ਫਿਰ ਵੇਖੋ ਇਹਨਾਂ ਕੰਨਾਂ ਵਿੱਚ ਜਿਹੋ ਜਿਹੀ ਲੈਂਗੁਏਜ ਪਾਈ ਜਾਂਦੀ ਹੈ ਨਾ, ਬੱਚਾ ਉਵੇਂ ਦੀ ਜ਼ੁਬਾਨ ਉਵੇਂ ਦੀ ਲੈਂਗੁਏਜ ਬੋਲਣ ਪੈਂਦੀ ਹੈ। ਸਰੀਰ ਕਿਤੇ ਵੀ ਜਨਮ ਲਵੇ, ਜੇ ਕੰਨਾਂ ਵਿੱਚ ਇੰਗਲਿਸ਼ ਪਾਈ ਜਾ ਰਹੀ ਹੈ, ਜ਼ੁਬਾਨ ਇੰਗਲਿਸ਼ ਬੋਲ, ਜੇ ਕੰਨ
हिंदी विच कथा करदे पए ने जुबान ऑटोमैटिक कथा हिंदी बोले जे इन्हां विच गुरु पंजाबी पै रही है कन अपने विच पंजाबी दा खजाना जुबान पंजाबी सो कन कठा करदे ने सुनदे ने आनंद साहिब विच गुरु रामदास गुरमरदास साहिब ने कह दिता ए श्रवणो मेरियो साचे सुनने नू पठाए साचे सुनने नू पठाए शरीर लाए सुनो सत बाणी क्यों क्योंकि ताडे सत सुनन दे नाल पता की होना जित सुनी मन तल हरिया हुआ रसना रस माणी इहनू जेबां नू कुछ मिल जाना है सो कान अपना फर्ज निभा रहे ने अपनी जेबा वास्ते धर्म का समर्पण है एक दूजे नू समर्पण हो जाना कन्ना दा सुनना जुबान दे लई है आपा होर अगे चलिए जड़ा कन्ना विच रस पाएगा वह जीबा तो रस देगा ये कन्ना च गुरबाणी सुनेगा इहदी रसना गुरबाणी गाएगी ताई ते गुरबाणी ने कहता कि संज ना मिल पाई है रसना नाम पणा तू उहनां विच आके बैठ जड़े गल करदे ने धर्म दी सच दी क्योंकि जदों ओह सच दी गल करनगे कन्न तेरे सच दी गल सुणगे ते जुबान नूं वी किते ना किते सच बोलण दी आदत पै जाएगी अगला जिहड़ा साडा शरीर दा हिस्सा है ओह हथ असीं मुखी अंग लए ने कुछ शरीर दे हथ हथ विचारे मेहनत करदे ने हथां नाल कपड़े सीते जांदे ने हथां नाल मावां स्वैटर बुनदियां सन सिलाईयां दा काम करदियां सन हथां नाल रोटी पकाई जांदी है हथ विचारे किन्नी मेहनत करदे ने इन्ने फसल वड्डी हथ नाल उहनूं दाने उच्चों कढ के उहदा आटा पिसाया गया दाने पिसाए गए आटा बनिया आटा आटे च पानी पा के हथां नाल आटा गुन्या गया हथ नाल पेड़े कीते गए रोटी पकाउंदियां हथ सड़े तत्ते तवे ना लगे इन्हां नूं सेक पहुंचिया रोटी बनाई थाली चाई हथां नाल बुरकी तोड़ी हथां नाल बुरकी तोड़ के ਇਹ ਮੂੰਹ ਵਿੱਚ ਪਾ ਲਈ ਗਈ ਹੱਥ ਫਿਰ ਖਾਲੀ ਦੇ ਖਾਲੀ ਰਹਿ ਗਏ ਹੱਥਾਂ ਨੇ ਮਿਹਨਤ ਕੀਤੀ ਪੇਟ ਵਾਸਤੇ ਮੂੰਹ ਵਾਸਤੇ ਮੂੰਹ ਚ ਗਿਆ ਪੇਟ ਚਲਾ ਗਿਆ ਹੱਥਾਂ ਨਾਲ ਕੱਪੜੇ ਬਣਾਏ ਗਏ ਸਾਰੇ ਸਰੀਰ ਤੇ ਕੱਪੜੇ ਪਾ ਲਏ ਗਏ ਹੱਥ ਫਿਰ ਵਿਚਾਰੇ ਕੱਪੜਿਆਂ ਤੋਂ ਬਾਹਰ ਰਹੇ ਸਾਡੇ ਹੱਥਾਂ ਦਾ ਕਰਨਾ ਆਪਣੇ ਸਰੀਰ ਲਈ ਹੈ ਹੱਥ ਨਾ ਖਾ ਸਕਦੇ ਨੇ ਨਾ ਹੱਥ ਪਹਿਨ ਸਕਦੇ ਨੇ ਇੰਨੀ ਘਾਲਣਾ ਕਰਕੇ ਇੰਨੀ ਕਿਰਤ ਇੰਨਾ ਕਰਕੇ ਵੀ ਇਹ ਵਿਚਾਰੇ ਆਪ ਉਸ ਚੀਜ਼ ਤੋਂ ਸੱਖਣੇ ਰਹਿ ਜਾਂਦੇ ਨੇ ਪਰ ਸਰੀਰ ਦੀ ਲੋੜ ਪੂਰੀ ਕਰ ਦਿੰਦੇ ਨੇ ਹੱਥਾਂ ਦੇ ਨਾਲ ਇਹ ਕੰਮ ਹੋ ਰਹੇ ਨੇ ਹੁਣ ਵੇਖੋ ਮੈਂ ਹੱਥ ਸਾਧਨ ਨੇ ਪਰ ਸਿਧਾਂਤ ਕੀ ਹੈ ਸਮਰਪਣ ਹੈ ਦੂਸਰੇ ਨੂੰ ਹੱਥ ਵੱਢਿਆ ਜਾਏ ਲੋਕੇ ਨਕਲੀ ਹੱਥ ਲੱਗ ਜਾਂਦਾ ਹੈ ਪਰ ਕੰਮ ਉਹਨੇ ਉਹੀ ਕਰਨਾ ਹੈ ਸਾਧਨ ਵਰਤਿਆ ਬਦਲ ਗਿਆ ਨਕਲੀ ਸਾਧਨ ਹੋ ਗਿਆ ਅਸਲੀ ਨਹੀਂ ਰਿਹਾ ਤੇ ਪਰ ਉਹਦਾ सिद्धांत ही रह गया है भी किसी दूसरे चीज नूं किसी फड़न दे विच मदद कर दिंदा है हाथ किसी चीज तक किसी शरीर नूं चाहिए है उस चीज फड़ाण विच मदद कर दिंदा है ओखे तोखा काम हाथ करदे ने पर शरीर दे लई करदे ने क्योंकि दूसरे लई है धर्म है ही दूजे दे लई शिंगारिया होया दूजे दे लई है पैरां दी तरतीब वेखियो पैर बड़ा कुछ सिखाउंदे ने सानूं जो तुरदे ने पैरां दी दिशा मालक ने इहो जी बनाई है कट्ठे नहीं कदी तुरदे भी दो पैर कट्ठे चले जान साडा चाल ही बिगड़ जाएगी जे दोवें कट्ठे चलन कदी वेख्या एक अगे होएगा दूसरा पिछे रह जाएगा फिर पिछे वाला पिछे नहीं रहेगा पिछे वाला अगे आ जाएगा पर उस अगे आने दे पिछे जाने विच एक बड़ी वड्डी खेड लुकी हुई है जिसनों गुरु रामदास ने इस शरीर सा धर्म कह दिता क्यों दोवां दी किन्नी आपस विच सांझ हैगी है दो पैर वखरे वखरे ने पर चुक के की रख्या उन्होंने उतले हिस्से शरीर नूं एक थां अपने उत्ते टिकाया होया कदी नहीं कहिंदे भी एक पूरब नूं जाए ते एक पैर पछम नूं जाए कदी नहीं बंदा मंजिल ते नहीं पहुंच सकदा जे दोवां दा विगाड़ पै जाए दोवां दी किन्नी सांझ है देखो साडा सज्जा पैर खब्बे जांदा है ना ते सज्जा खब्बे नूं की कहिंदा लिया वीर अपना सारा भार तू मैनूं दे दे तू हौला हो ते तू आप अगे आ जा खब्बा अगे चला जांदा है खब्बा पैर फिर सज्जे नूं कहिंदा है तू जिहड़ा भार चुक के रख्या सी ना हुण तेरी वारी अगे आउण दी है ਆਪਾਂ ਤੂੰ ਮੈਨੂੰ ਭਾਰ ਦੇ ਆਪਣਾ ਤੂੰ ਹੁਣ ਅੱਗੇ ਪੁੱਟ ਪੈਰ ਅੱਗੇ ਆ ਇੱਕ ਦੂਜੇ ਦਾ ਭਾਰ ਚੁੱਕ ਕੇ ਸੱਜਾ ਖੱਬੇ ਦਾ ਭਾਰ ਚੁੱਕ ਲੈਂਦਾ ਖੱਬੇ ਤੇ ਭਾਰ ਆਇਆ ਉਹਨੇ ਸੱਜੇ ਨੂੰ ਦਿੱਤਾ ਸੱਜੇ ਨੇ ਚੁੱਕ ਲਿਆ ਖੱਬਾ ਅੱਗੇ ਹੋ ਗਿਆ ਇਸ ਦਿਸ਼ਾ ਨਾਲ ਸਾਡੇ ਪੈਰ ਅੱਗੇ ਵੱਧਦੇ ਨੇ ਤੇ ਬੰਦਾ ਸਾਡਾ ਸਰੀਰ ਕਿਤੇ ਪਹੁੰਚ ਜਾਂਦਾ ਹੈ ਮੰਜ਼ਿਲ ਤੇ ਪਰ ਜੇ ਦੋਵੇਂ ਵਿਪਰੀਤ ਹੋ ਜਾਣ ਐਂਟੀ ਹੋ ਜਾਣ
ਤੇ ਦੋਵੇਂ ਇਕੱਠੇ ਅੱਗੇ ਵਧਣ ਤੇ ਅਸੀਂ ਕਹਿ ਸਕਦੇ ਹਾਂ ਵੀ ਅਸੀਂ ਕਿਸੇ ਮੰਜ਼ਿਲ ਤੇ ਪਹੁੰਚ ਸਕਦੇ ਹਾਂ। ਅਸੀਂ ਦੋ ਕਦਮ ਨਹੀਂ ਚੱਲ ਸਕਦੇ। ਇਹੀ ਤੇ ਧਰਮ ਹੈ ਨਾ, ਜੇ ਪੈਰਾਂ ਵਿੱਚ ਆਹ ਤਰਤੀਬ ਨਾ ਹੋਵੇ, ਅੱਗੇ ਇੱਕ ਦੂਜੇ ਦਾ ਭਾਰ ਚੁੱਕ ਕੇ ਇੱਕ ਦੂਜੇ ਨੂੰ ਅੱਗੇ ਵਧਾਉਣਾ। ਧਰਮ ਹੀ ਤੇ ਉਹੀ ਹੈ ਨਾ, ਜਿਹੜੇ ਦੂਜਿਆਂ ਦਾ ਭਾਰ ਚੁੱਕੇ, ਜੇ ਕਿਸੇ ਦੇ ਧਰਮ ਤੇ ਭਾਰ ਆ ਬਣਿਆ ਤੇ ਉਹਦੇ ਧਰਮ ਦਾ ਭਾਰ ਆਪਣੇ ਆਪ ਤੇ ਚੁੱਕ ਕੇ ਭਾਵੇਂ ਸੀਸ ਦਾ ਬਲੀਦਾਨ ਕਿਉਂ ਨਾ ਦੇਣਾ ਪਵੇ ਤੇ ਉਹਨਾਂ ਨੂੰ ਹੋਣਿਆ ਕਰਦੇ। ਧਰਮੀ ਹੈ ਨਾ, ਧਰਮੀ ਦੀ ਨਿਸ਼ਾਨੀ ਹੈ ਦੂਜਿਆਂ ਦਾ ਭਾਰ ਚੁੱਕ ਲੈਣਾ। ਧਰਮੀ ਬੰਦੇ ਸਾਡੇ ਇਤਿਹਾਸ ਵਿੱਚ ਸਾਖੀ ਮਿਲਦੀ ਹੈ, ਮਹਾਰਾਜਾ ਰਣਜੀਤ ਸਿੰਘ ਲੋਕਾਂ ਦੀਆਂ ਪੰਡਾਂ ਚੁੱਕ ਚੁੱਕ ਕੇ ਘਰਾਂ ਵਿੱਚ ਪਹੁੰਚਾਉਂਦੇ ਸਨ। ਇਹੀ ਤੇ ਧਰਮ ਸਿਖਾਉਂਦਾ ਹੈ ਵੀ ਦੂਜਿਆਂ ਦਾ ਭਾਰ ਹੌਲਾ ਕਰਨਾ, ਭਾਰ ਭਾਵੇਂ ਉਹਦਾ ਸਰੀਰ ਕਰਕੇ ਭਾਰ ਹੌਲਾ, ਇਹ ਵੀ ਸੇਵਾ ਹੈ। ਤੇ ਜਦੋਂ ਅਸੀਂ ਕਿਸੇ ਨੂੰ ਮਾਨਸਿਕ ਭਾਰ ਜੇ ਕਿਸੇ ਤੇ ਆ ਗਿਆ ਨਾ, ਉਹ ਵੀ ਭਾਰ ਹੌਲਾ ਕਰ ਦਈਏ ਤੇ ਇਹ ਵੀ ਸੇਵਾ ਹੈ। ਇਹੀ ਧਰਮੀ ਦੀ ਨਿਸ਼ਾਨੀ ਹੈ, ਭਾਰ ਹੌਲਾ ਕਰ ਦੇਣਾ ਧਰਮ ਹੈ। ਪੈਰਾਂ ਦੀ ਇਹ ਤਰਤੀਬ ਹੈ। ਅਸੀਂ ਆਪਣੇ ਸਰੀਰ ਦੇ ਵਿੱਚ ਜੁਗਤਿਕਾਈ ਹੋਈ ਰੱਬ ਦੀ ਇਸ ਜੁਗਤ ਨੂੰ ਵੇਖ ਕੇ ਧਰਮ ਸਿੱਖ ਸਕਦੇ ਸੀ। ਸਮਰਪਣ ਇੱਕ ਦੂਸਰੇ ਨੂੰ, ਪੈਰਾਂ ਦੀ ਇਹ ਤਰਤੀਬ, ਇੱਕ ਦੂਜੇ ਦਾ ਭਾਰ ਚੁੱਕ ਕੇ ਇੱਕ ਦੂਜੇ ਨੂੰ ਅੱਗੇ ਵਧਾਉਣਾ। ਜੇ ਪੈਰਾਂ ਵਿੱਚ ਆ ਤਰਤੀਬ ਨਾ ਹੋਵੇ ਤਾਂ ਅਸੀਂ ਕਦੀ ਵੀ ਉਸ ਮੰਜ਼ਿਲ ਤੱਕ ਨਹੀਂ ਪਹੁੰਚ ਸਕਦੇ। ਇੱਕ ਦੂਜੇ ਨਾਲ ਕਰੀਬੀ ਉਹਨਾਂ ਦਾ ਰਿਸ਼ਤਾ ਹੈ ਤੇ ਜ਼ਿੰਦਗੀ ਜਿਉਂਦਿਆਂ ਜਿਉਂਦਿਆਂ ਆਪਣੀਆਂ ਕਈ ਮੰਜ਼ਿਲਾਂ ਨੂੰ ਪ੍ਰਾਪਤ ਕਰ ਜਾਂਦੇ, ਮੱਲਾ ਮਾਰ ਲੈਂਦੇ ਨੇ ਜੇ ਦੋਹਾਂ ਵਿੱਚ ਆ ਤਰਤੀਬ ਹੋਵੇ। ਅੱਜ ਸਾਡੀ ਕੌਮ ਪਸਦਾ ਵੀ ਇਹੀ ਹਾਲ ਹੈ ਵੀ ਅਸੀਂ ਆਪਣੇ ਗੁਰੂ ਕੋਲ ਧਰਮ ਨਾ ਸਿੱਖ ਸਕ, ਅਸੀਂ ਇੱਕ ਦੂਜੇ ਦੀ ਲੱਤ ਖਿੱਚਦੇ ਪਏ ਹਾਂ। ਹੁਣ ਵੇਖੋ, ਇੱਕ ਪੈਰ ਅੱਗੇ ਵਧੇ, ਦੂਜਾ ਹਿੱਲੇ ਨਾ ਬਲਕਿ ਖਿਚਾਈ ਕਰੇ ਦੂਜੇ ਦੀ ਲੱਤ ਖਿੱਚ ਲੈਣਾ ਨਾ ਭਾਵਾਂ। ਇੱਕ ਉਦਾਹਰਣ ਸੀ ਲੱਤ ਖਿੱਚਣੀ, ਮਤਲਬ ਇਹ ਸੀ ਕਿ ਉਸ ਲੱਤ ਖਿੱਚ ਲੈਣੀ ਉਹ ਤਾਂ ਕਿ ਉਹ ਵਾਲੀ ਲੱਤ ਦੂਜੀ ਲੱਤ ਦਾ ਸਹਾਰਾ ਨਾ ਬਣ ਜਾਏ। ਵੀ ਜੇ ਇੱਕ ਨੇ ਇੱਕ ਲੱਤ ਫੜ ਕੇ ਰੱਖੀਏ ਤੇ ਇਕੱਲੀ ਲੱਤ ਕੀ ਕਰੇਗੀ, ਭਾਰ ਤੇ ਉਹਨੇ ਚੁੱਕਣਾ ਤਾਂ ਉਹ ਅੱਗੇ ਵਧੇਗੀ। ਹੁਣ ਜੇ ਕਿਸੇ ਦੀ ਇੱਕ ਲੱਤ ਫੜ ਕੇ ਰੱਖ ਲਈ, ਉਹਨੂੰ ਕਹੋ ਵੀ ਚੱਲ ਹੁਣ ਤੂੰ ਆਪਣੀ ਮੰਜ਼ਿਲ ਤੇ ਪਹੁੰਚ ਕੇ ਵਿਖਾ, ਆਹ ਲੱਤ ਤਾਂ ਖਿੱਚਣੀ। ਇਹ ਖੁਦ ਇੱਕ ਸੀ, ਇਹਨੂੰ ਮੁਹਾਵਰਾ ਕਹਿੰਦੇ ਸੀਗੇ, ਪਰ ਮੰਜ਼ਿਲਾਂ ਤੋਂ ਰੋਕਣਾ ਇਹਦਾ ਸਿਧਾਂਤ ਹੈ, ਮੰਜ਼ਿਲ ਤੇ ਨਹੀਂ ਪਹੁੰਚ ਸਕਦਾ। ਅੱਜ ਸਾਡਾ ਧਰਮ ਪੰਥ ਇੱਕ ਦੂਜੇ ਲੱਤ ਪੈ ਖਿੱਚਦੇ ਨੇ, ਇਲੈਕਸ਼ਨ ਆ ਗਏ ਲੱਤ ਖਿੱਚਣੀ ਇੱਕ ਦੂਸਰੇ ਦੀ। ਸਤਿਗੁਰ ਕਹਿੰਦਾ ਨਹੀਂ ਭਲਿਓ, ਆਓ ਪੈਰਾਂ ਵਿੱਚ ਟਿਕੀ ਹੋਈ ਤਰਤੀਬ। ਸ਼ਾਇਦ ਤਾਂ ਹੀ ਲੋਕੀ ਪੈਰਾਂ ਤੇ ਮੱਥਾ ਟੇਕਦੇ ਨੇ ਜਾ ਕੇ, ਇਹਨਾਂ ਵਿੱਚ ਤਰਤੀਬ ਬੜੀ ਵੱਡੀ ਸੀ। ਤਾਂ ਹੀ ਗੁਰਬਾਣੀ ਕਹਿ ਸੀ ਚੁੰਮਾ ਪੈਰ ਮੂੰਹ, ਚਰਨ ਧੋਏ ਧੋਏ ਪੀਵਾਂ ਦੀ ਗੱਲ ਕੀਤੀ ਸੀ, ਹੱਥ ਧੋਏ ਧੋਏ ਪੀਵਾਂ ਜਾਂ ਹੋਰ ਸਰੀਰ ਦੀ ਗੱਲ ਨੀ, ਚਰਨ ਧੋਏ ਆਵੇ ਨਾ। ਤਰਤੀਬ ਬੜੀ ਤਗੜੀ ਹੈ ਨਾ, ਸਭ ਤੋਂ ਨੀਵੇਂ ਪਰ ਚਰਨ ਕੋਲ ਕਿਹਾ ਜਾਂਦਾ ਸੀ ਉਦੋਂ, ਉਦੋਂ ਸਭ ਤੋਂ ਉੱਤਮ ਕਿਹਾ ਜਾਂਦਾ ਸੀ। ਕਿਸੇ ਜਾ ਕੇ ਚਰਨੀ ਪੈ ਜਾਣਾ, ਮੱਥਾ ਟੇਕ ਦੇਣਾ ਪੈਰਾਂ ਦੇ ਉੱਤੇ, ਭਾਵ ਇਹਨਾਂ ਪੈਰਾਂ ਵਿੱਚ ਧਰਮ ਦੀ ਜੁਗਤ ਟਿਕੀ ਸੀ ਵੀ ਇੱਕ ਦੂਜੇ ਦਾ ਭਾਰ ਚੁੱਕਦੇ ਪਏ ਨੇ। ਅਸੀਂ ਕਹਿੰਦੇ ਚਰਨੀ ਲੱਗੇ ਆ, ਗੁਰੂ ਦੇ ਚਰਨੀ ਲੱਗੇ ਆ, ਤੇ ਬਸ ਇਹ ਸਮਝ ਲਓ ਕਿ ਗੁਰੂ ਦੀ ਵਿਚਾਰਧਾਰਾ ਦੇ ਆ, ਗੁਰੂ ਦੀ ਇਸ ਗੱਲ ਦੇ ਵੀ ਇੱਕ ਦੂਜੇ ਦਾ ਭਾਰ ਚੁੱਕਣਾ, ਸਮਾਜ ਦਾ ਭਾਰ ਚੁੱਕ ਲੈਣਾ, ਭਾਰ ਹੋ ਲਿਆ ਕਰਨਾ, ਇਹ ਧਰਮ ਹੈ। ਸਾਨੂੰ ਇਹ ਧਰਮ ਸਿਖਾਉਂਦਾ ਹੈ, ਅਸੀਂ ਇਸ ਸਰੀਰ ਵਿੱਚ ਟਿਕੀ ਹੋਈ ਇਸ ਤਰਤੀਬ ਨੂੰ ਵੇਖਣਾ। ਅੱਖਾਂ ਦੀ ਗੱਲ ਕੀਤੀ, ਕੰਨ ਦੀ ਗੱਲ ਕੀਤੀ, ਹੱਥਾਂ ਦੀ ਪੈਰਾਂ ਦੀ ਗੱਲ ਕੀਤੀ। ਸਰੀਰ ਦਾ ਜਿਹੜਾ ਅਗਲਾ ਹਿੱਸਾ ਬਣਦਾ ਉਹ ਮੁੱਖ ਹੈ। ਤੁਸੀਂ ਵੇਖੋ, ਮੁੱਖ ਸ਼ਬਦ ਨਾ ਅਸੀਂ ਕਹਿੰਦੇ ਬੜਾ ਮੁੱਖ ਬੰਦਾ, ਮੂੰਹ ਨੂੰ ਮੁੱਖ ਵੀ ਕਿਹਾ ਜਾਂਦਾ, ਮੁਖੀ। ਤੇ ਜਿਹਨੂੰ ਅਸੀਂ ਮੁਖੀ ਬਣਾਉਂਦੇ ਹਾਂ ਨਾ, ਉਹਦੀ ਬੜੀਆਂ ਵੱਡੀਆਂ ਜ਼ਿੰਮੇਵਾਰੀਆਂ ਆਉਂਦੀਆਂ ਨੇ। ਮੁਖੀ ਐਵੇਂ ਥੋੜੀ ਨੌਕਰੀ ਬਣ ਜਾਂਦਾ, ਜਿਹੜਾ ਮੁਖੀ ਬਣਿਆ ਉਹਦੀ ਕੋਈ ਵੱਖਰੀ ਜ਼ਿੰਮੇਵਾਰੀ ਹੈ। ਦੂਜਿਆਂ ਨਾਲੋਂ ਵੱਧ ਜ਼ਿੰਮੇਵਾਰੀਆਂ ਨਿਭਾਉਣ ਵਾਲੇ ਨੂੰ ਮੁਖੀ ਕਿਹਾ ਜਾਂਦਾ। ਇਹਦਾ ਮਤਲਬ ਮੂੰਹ ਦੀਆਂ ਕੋਈ ਵੱਧ ਜ਼ਿੰਮੇਵਾਰੀਆਂ ਨੇ, ਇਹਦੇ ਕੋਈ ਵੱਧ ਦੂਸਰਿਆਂ ਨਾਲੋਂ ਕੰਮ ਨੇ। ਕੰਨ ਦੇ ਕੋਲ ਇੱਕੋ ਕੰਮ ਹੈ, ਸੁਣਨਾ, ਉਹ ਬੋਲ ਨਹੀਂ ਸਕਦਾ। ਅੱਖਾਂ ਦੇ ਕੋਲ ਕੇਵਲ ਇੱਕੋ ਕੰਮ ਹੈ, ਵੇਖਣਾ, ਉਹ ਸੁਣ ਨਹੀਂ ਸਕਦੀਆਂ। ਪੈਰਾਂ ਦੇ ਕੋਲ ਕੇਵਲ ਇੱਕੋ ਕੰਮ ਹੈ, ਚੱਲਣਾ, ਉਹ ਚੱਲਦੇ ਨੇ। ਹੱਥਾਂ ਦੇ ਕੋਲ ਇੱਕੋ ਕੰਮ ਹੈ, ਕਰਨਾ, ਉਹ ਕਰਦੇ ਨੇ। ਪਰ ਮੁੱਖ ਮੂੰਹ ਨੂੰ ਤਾਂ ਕਿਹਾ ਗਿਆ ਮੁੱਖ ਵੀ ਇਹਦੇ ਕੋਲ ਮਤਲਬ ਵੱਧ ਜ਼ਿੰਮੇਵਾਰੀਆਂ ਨੇ। ਇਹਦੀਆਂ ਦੋ ਜ਼ਿੰਮੇਵਾਰੀਆਂ ਵਾ, ਕਿਹੜੀਆਂ? ਇੱਕ ਤੇ ਨੇ ਸਰੀਰ, ਮੂੰਹ ਚੋਂ ਅਸੀਂ ਗੱਲ ਵੀ ਸ਼ਬਦ ਵੀ ਬਾਹਰ ਕੱਢਣਾ ਵਾ, ਤੇ ਦੂਸਰਾ ਇਹਨੇ ਆਹਾਰ ਰੋਟੀ ਪ੍ਰਸ਼ਾਦਾ ਵੀ ਇਸ ਮੂੰਹ ਚੋਂ ਛਕਣਾ।
और कमाल की गल ये दो चीजा भी संभाल के बैठा जे मूह ए शक्ति भी ये को भगती भी है मूह दे साडे ए कोमल तो कोमल चीज ये है डाडी तो डाडी चीज भी साढ़े मूह विच है दंद बड़े तिखे ने यह मूह च ने जेबा किन्नी कोमल है वह भी ये मूह विच टिकी हुई है दो चीजा ने ना ये को शक्ति की है दंद साढ़े शक्ति ने जड़ी चीज आवे कट कर देंगे ने शक्ति विचार ते जेबा की है विचार संत ते सपाई मीरी ते पीरी शक्ति ते भगती जेबा साड़ी विचार का काम कर दीए हुण वेखो एक दूजे दे दंद किन्ने तिखे ने जे कदी साड़ी बोलन दी हल्की जी डिसिप्लिन ना ना रहे साड़ी जेबा टुकी जांदी है हुण वेखो रब दी जुगत की है इन्नियां तिखे तलवारां दे विच आ मांस दा कोमल दा टुकड़ा टिका के रख्या होया मतलब कितना धर्म टिकिया ना इहदे विच इहदा मतलब की है विचार नूं जेबा विचार है उहनूं दंदां दी वार दित्ती हुई है भाव भक्ति बेस है भक्ति दे चारों बने शक्ति है धर्म है धर्म तो बाहर धर्म दी दे आधार ते राजनीति है शक्ति है भक्ति शक्ति हुण जे दंद मान कर लैण कि मेरे कोल ताकत बड़ी है असी जेबा नूं टुकड़े टुकड़े कर सकते हैं पर ख्याल करियो जुबान कोल भी बड़ी वड्डी ताकत है दंदां दा बिल्कुल भुलेखा नहीं रहना चाहिए कि हाडे को असी बड़े ताकतवर हाँ नहीं जुबान को इन्नी वड्डी ताकत है इस जुबान चो माड़ा जा कोई हल्का मंदा बोल बोल जाए जिदे कन्ना च माड़े बोल पै जाण ओ दंद ही भन देंदे अगले ओ जेबा साडे दंद तोड़वा सकती है जुबान विच बड़ी ताकत जे भावे कोमल तो कोमल है हुण दो चीजा इहदे विच ने जी संत सपाई इन्हें खाना भी है इन्हें बोलना मुख तां क्या गया हुण वेखो शरीर भी सब तो शक्तिवान अंग दंद ते इहदे विच कोमल तो कोमल जिहड़ी चीज ओह जेबा हुण दोवें चीजा इहदे विच टिका दित्तियां हुण इहदा मतलब सी भलिया कि रब दे नियम दे विच आ किवें टिकी होई है तेरे को शक्ति है पर तू ओह ओहनूं सांभ के रखना है ओहदा विचार दे नाल काम करना है पर दंद किन्ने सियाने ने कदी भी उस विचार नूं ओह खत्म नहीं करदे ओहनूं संभाल के रखदे ने कदी दंदा ने कहा नहीं जेबा टुकड़े टुकड़े कर दिए बिल्कुल नहीं ओह इस जेबा नूं संभाल के रखदे ने विचार नूं सांभ के रखिया शक्ति ने ते जड़ी शक्ति विचार नूं संभाल के रखती है ना ओह शक्ति लोकां दा भला करदी है ते जड़ी शक्ति दे विचारधारा रब दी सच दी भुला के जो वधी ओह फिर जिसनों जलाले पातशाही हो या हो जमरूही तमाशा जुदा हो दीने सियासत से तो रह जाती है चंगेजी उदो फिर केवल चंगेज खान वर्गे पैदा होते ने जो विचार नूं भुल जाण सतगुर ने सानू आ दोवें चीजां बख्श के जे सानू शक्ति शस्त्र दिते ना शस्त्र तो पहला सानू विचार बख्शिश कीती सी भी भलियो दंद ने ताकतवर ने पर ये जेबा नूं संभाल के बैठे हुए ने शक्ति विचार नूं सांभण वास्ते है सानू इनू प्रोटेक्शन दे के रख्या होया वा संभाल कीती हुई है बिना विचार दे तलवार बेमतलब ही हो जाती है जड़ी तलवार के पिछे कृपान गुरु साहब रहमत की विचार चंगी टिकी है ना गुरबाणी ने कह दिता दल भंजन गुरसूरमा बढ़ जोधा बहु परोपकारी सानू तलवार तो दिती है पर हथियार दे के हथियारा नहीं बनाया सानू हथियार दे के परोपकारी बनाया धर्मी बनाया भलिया तू आ शक्ति लै पर शक्ति का बेस विचार हो वे एदा इनू एदे नाल तू विचार नू सांभ के रखना है प्रोटेक्शन दे के रखना है यही गुण साडा खालसा अकाल पुरख की फौज के नाल ठीक है कभी इतने अगर टॉपिक मिले आप जरूर इससे गल करांगे आखिर फौज के नाल तरजीह क्यों दी तो सेम गल ए सीगी भलियो कि जड़ी जदों विचार जदों शक्ति विचार नाल जुड़ दे जदों कोई पानी नाल जुड़ दे सत नाल जुड़ दे वो लोगों का भला करती है तो सतगुर ने आ दोवें चीजा रबी नियम के आ दोवें चीजा कठिया टिकिया ने
विचार ते तलवार दंद ते जीभ एक थां ते टिकी हुई है भाव विचार ते तलवार शक्ति ते भक्ति दोवें इको थां ते टिकियां ने पर दोवां दा इन्ना मेल है कदी भी एक दूजे का विरोध नहीं करदियां बल्कि एक दूजे का साथ देंदियां ने। तुसीं वेखो कुछ शब्द तुसीं बोलदे आ ना साडी जीभ दंदां नाल मिलदी है तां शब्द बनदे ने। जे जीभ साडी जदों बंदे दे दंद ना रहण ते जीभ दे कोल भी चंगे शब्द नहीं होंदे उहदी गल समझ नहीं पैंदी मुल के दंद लवाने भी असं गल स्पष्ट कर सकी इनी कोई हाँ बोलने की शैली है। जो दंद टुट जाए तो कभी वेखियो बंदे की जबान शब्दों इन्ना गिरावट आ जाती है बिल्कुल नहीं समझ लगती है क्यों शब्दों सही रूप नहीं मिलता पाया दंद के जेबा का इन्ना कोई नेड़ता है। सो आ सू गुरु साहब जी ने साडे शरीर आ जुगती टिका के ना सू समझा दिता भावा सतगुरु ने क्या भलिया वेख गुरु रामदास साहिब दे बचन ये सजावट का काम है धर्म धर्मी ओ जिहड़ा सजिया होया है जिहड़ा रब्बी गुणा दे नाल शिंगारिया होया वा ते धर्म हमेशा दूजिया लई हुंदा है ते सजावट हमेशा दूसरिया लई हुंदी है ते जदों बंदा दूजिया नूं समर्पण होके तां ते गुरबाणी कहता सी विच दुनिया सेव कमाई है तां दरगाह बैसण पाई है। सेवा लई हमेशा दूसरा चाहीदा है सेवा दूजे लई है भावा मन नूं अपने आप नूं ही मन विचारना मन नूं दूसरे विचारां नूं बाहर कढ के चंगे विचार घर विच लै के आउणे इह वी सेवा दा हिस्सा वा। ते गुरु रामदास साहिब ने बचन कीता सी भलियो तूं अपने आप नूं सवार गुरु दे दस्से होए इस नियम नूं समझ गुरु दे दित्ते होए इहनूं सिधांतां नूं समझ तेरे शरीर दे इह अंग दूजियां लई ने तैनूं पता लग जाए धर्म है ही दूसरे लिए सजावट है ही दूसरे लिए धर्म वो सारिया चीजा ते तेरे शरीर विच टिकी आ गई। जिस दिन तू पैर दूजे का भार चुक के तुरेगा अखा वांग जिस तरह दूजिया लिए वेखेगा कना लिए सुनेगा जबान दे लिए हथा वांग करेगा दूसरिया दे लिए बस जिनी तेरी किरत विच तेरे सुभाव विच ये चीजा आ जाएगी भाव तेरी किरत दूसरिया लिए अपने दे नाल दूजिया नूं समर्पित होके पंथ विच आवें ते दूसरिया लिए समर्पण होके आवें अपने स्वार्थ अपनी होमे नूं पट्ठे पाउण वास्ते तू अहुदेदारी दा भुखा ना होवें दूजिया नूं समर्पण होके आवें उदन फिर तू सब कुछ कुरबान करेगा उदन तैनूं गुरु धर्म सिखा देगा। भावें असीं हथां दा रूप धारण कर लईए भावें अखां दा रूप धारण कर लईए कन्नां कोलों सिख लईए दंदा जेबा कोलो सीख लिए भी शक्ति पा के भक्ति पा के कठिया रहना है एक थां ते रहना है एक दूजे दे विरोधी नहीं होना पैरां को सीख लिए एक दूजे दा भार चुकना है असी धर्म दे बहुत नेड़े हो जावांगे। सो गुरु रामदास साहिब दा बचन सीगा ए शरीर सब धर्म है जिस अंदर सच्चे की विच जोत जिदन तू समझ लिया मना शरीर एवें नहीं इहदे विच जोत टिकी हुई है समर्पण है सब मैं जो जोत है सोए और इहदे विच की कीता है गोहज रतन गुच्चे रतन इसे शरीर विच टिके हुए ने बस वह रतना तक पहुंचने की आ तरतीब तू सिख जड़ी तरतीब तेरे अंगा विच है नाल कहता कोई गुरमुख सेवक कड्ढे खोद खोद मतलब खोद के लभ के गुरमुख होके इस जुगत रतना पहचान लेंदा है सतगुरु जी रहमत करन भावा इन होर चंगे तो चंगा सियाणा बंदा होर तरीके सुंदर रूप में बयान कर सकता है तुच्छ मत अनुसार जी ने गुरु साहब ने समझ बख्श की लिखिया पढ़िया सुनिया ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਸੋ ਇਹਨਾਂ ਵਿਚਾਰਾਂ ਵਿੱਚ ਇਨ ਸਕਿਆਨ ਵਿੱਚ ਹੋਰ ਵਾਧਾ ਹੋ ਸਕੇ ਪਲੀਜ਼ ਤੁਸੀਂ ਆਪਣੇ ਵਿਚਾਰਾਂ ਦੀ ਸਾਂਝ ਕਰ ਸਕਦੇ ਹੋ ਜੀ ਤੇ ਸਤਿਗੁਰ ਸਭਨਾਂ ਨੂੰ ਗੁਰਮਤਿ ਦੇ ਦਾਇਰੇ ਵਿੱਚ ਰਹਿ ਕੇ ਆ ਧਰਮੀ ਹੋਣ ਦਾ ਬਲ ਬਖਸ਼ਿਸ਼ ਕਰਨ ਧਰਮ ਗੁਰਬਾਣੀ ਕੋ ਸਿੱਖੀਏ ਗੁਰੂ ਨੇ ਕਹਿਤਾ ਏਕੋ ਧਰਮ ਕੀ ਦ੍ਰਿੜ ਹੈ ਸੱਚ ਕੋਈ ਕੋਈ ਵੀ ਜਿੱਦਣ ਸੱਚ ਨੂੰ ਜਿਉਣ ਲੱਗ ਪੈਂਦਾ ਨਾ ਸੱਚ ਨੂੰ ਦ੍ਰਿੜ ਕਰਨ ਲੱਗ ਪੈਂਦਾ ਹੈ ਸਮਰਪਣ ਹੋ ਜਾਂਦਾ ਹੈ ਉਹੋ ਹੀ ਬੰਦਾ ਧਰਮੀ ਹੋ ਜਾਂਦਾ ਹੈ। ਇਸ ਨੂੰ ਕਿਹਾ ਸੀ सकल धर्म है श्रेष्ठ धर्म हर को नाम जप निर्मल करम ते आ नाम जपना ते निर्मल करम करने असी अपने इन्हां शरीर दे अंगां तों हेल्प ले सकते हाँ जी एक दूजे नूं समर्पण होके। वाहिगुरु जी का खालसा वाहिगुरु जी वाहिगुरु जी की फतेह।